ਪਲੇ ਕੌਮ ਜਿਹੜੀ ਤੇਗਾਂ ਦੀ ਛਾਂ ਥੱਲੇ ਤੇ ਆਰੇ ਰੰਬੀਆਂ ਜਿਹਦੀ ਖਿਡਾਲ ਹੋਵੇ। ਪਲੇ ਕੌਮ ਜਿਹੜੀ ਤੇਗਾਂ ਦੀ ਛਾਂ ਥੱਲੇ ਆਰੇ ਰੰਬੀਆਂ ਜਿਹਦੀ ਖਿਡਾਲ ਹੋਵੇ, ਨੇਜੇ ਬਰਛੇ ਕਟਾਰਾਂ ਦੀ ਧਾਰ ਉੱਤੇ ਪਾ ਕੇ ਭੰਗੜੇ ਕੀਤਾ ਕਮਾਲ ਹੋਵੇ, ਵਾਰ ਜ਼ੁਲਮ ਤੇ ਜ਼ਬਰ ਦਾ ਰੋਕਣੇ ਲਈ ਆਪਣੀ ਛਾਤੀ ਨੂੰ ਬਣਾਇਆ ਢਾਲ ਹੋਵੇ, ਉਹਨੂੰ ਨਗੂਣੇ ਤੂਫਾਨਾਂ ਨੇ ਕੀ ਕਹਿਣਾ ਜਿਹਦੇ ਜਨਮ ਦਾ ਮੁੱਢ ਪਤਾਲ ਹੋਵੇ, ਜਿਹਦੇ ਜਨਮ ਦਾ ਮੁੱਢ ਪਤਾਲ ਹੋਵੇ। ਇਹ ਪਾਂਧੀ ਨਨਕਾਣਵੀਂ ਸਾਹਿਬ ਦੀਆਂ ਲਾਈਨਾਂ ਨੇ ਜੀ, ਮੈਂ ਖਾਸ ਤੌਰ 'ਤੇ ਤਾਂ ਜ਼ਿਕਰ ਕੀਤਾ, ਇਹ ਲਾਈਨਾਂ ਮੈਂ ਸਮਰਪਿਤ ਕੀਤੀਆਂ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ। ਕਰਤਾਰ ਸਿੰਘ ਸਰਾਭਾ ਸਾਡੀ ਕੌਮ ਦੇ ਮਹਾਨ ਸ਼ਹੀਦ, ਛੋਟੀ ਉਮਰ ਦੇ ਵਿੱਚ ਸ਼ਹੀਦੀ ਪਾਉਣ ਵਾਲੇ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਅਸੀਂ ਦੇਖਦੇ ਸੁਣਦੇ ਹਾਂ ਕਿ ਸਟੋਕਟਨ ਗੁਰੂ ਘਰ ਦੇ ਵਿੱਚ ਕਹਿੰਦੇ ਉਹਨਾਂ ਨੇ ਚਰਨ ਪਾਏ ਸੀ, ਇੱਥੇ ਆਏ ਸੀਗੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੇ ਗਰੁੱਪ ਵਿੱਚ ਸ਼ਾਮਿਲ ਹੋਏ ਸੀਗੇ। ਕਿਹਾ ਇਹ ਜਾਂਦਾ ਕਿ ਉੱਥੇ ਜਿਹੜੀ ਡੇਕ ਹੈਗੀ ਆ ਉਹਦੇ ਥੱਲੇ ਬੈਠ ਕੇ ਉਹਨਾਂ ਨੇ ਉਹ ਲਿਖਿਆ ਸੀਗਾ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਅਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਕਿਹਾ ਇਹ ਜਾਂਦਾ। ਸੋ ਇਹ ਵੀ ਇੱਕ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਧਰਤੀ ਦੇ ਨੇੜੇ ਰਹਿੰਦੇ ਹਾਂ ਜਿੱਥੇ ਉਹਨਾਂ ਨੇ ਚਰਨ ਪਾਏ ਸੀ। ਸੋ ਅੱਜ 24 ਮਈ ਨੂੰ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਦੀ ਨਾਲ ਗੱਲ ਕਰੀਏ ਜੀ ਅਸੀਂ ਅੱਜ ਦੇ ਪ੍ਰੋਗਰਾਮ ਦੀ, ਅਤੇ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਹੈਗਾ, ਹਾਂ ਪ੍ਰੋਗਰਾਮ ਤੋਂ ਪਹਿਲਾਂ ਇੱਕ ਹੋਰ ਥੋੜ੍ਹੀ ਜਿਹੀ ਗੱਲ ਕਰਨੀ ਬਣਦੀ ਹੈ, ਜਿੱਥੇ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕਰ ਰਹੇ ਹਾਂ, ਉੱਥੇ ਹੀ ਅੱਜ ਬ੍ਰਦਰਸ ਡੇ ਭਰਾਵਾਂ ਦਾ ਕਹਿੰਦੇ ਦਿਨ ਆ, ਬ੍ਰਦਰਸ ਡੇ। ਸੋ ਭਾਈ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਅਤੇ ਇਹੀ ਬੇਨਤੀ ਕਰਦੇ ਹਾਂ ਵੀ ਸਾਰੇ ਏਕਾ ਬਣਾ ਕੇ ਰੱਖੋ। ਭਰਾਵਾਂ ਦੇ ਵਿੱਚ ਏਕਾ ਹੈਗਾ ਸਭ ਕੁਛ ਚੰਗੀ ਗੱਲ ਆ। ਆਮ ਤੌਰ 'ਤੇ ਪਿੰਡਾਂ ਦੀ ਗੱਲ ਕਰੀਏ ਅਤੇ ਭਰਾ ਊਂ ਭਾਵੇਂ ਆਪਸ ਦੇ ਵਿੱਚ ਮਾੜਾ ਮੋਟਾ ਖੇਡਦੇ ਹੋਣ, ਮਾੜਾ ਮੋਟਾ ਉੱਤੇ ਥੱਲੇ ਹੋਵੇ, ਪਰ ਜਦੋਂ ਕੋਈ ਹੋਰ ਬੰਦਾ ਆ ਕੇ ਕਿਸੇ 'ਤੇ ਕੋਈ ਹਮਲਾ ਕਰਦਾ, ਅਟੈਕ ਕਰਦਾ, ਤਾਂ ਉਦੋਂ ਸਾਰੇ ਇਕੱਠੇ ਜਿਹੇ ਹੋ ਕੇ ਤੁਹਾਨੂੰ ਢਾ ਲੈਂਦੇ ਹੁੰਦੇ ਆ, ਇਹ ਵੀ ਚੰਗੀ ਗੱਲ ਹੈ। ਪਰ ਜੇ ਭਰਾਵਾਂ ਦੇ ਵਿੱਚ ਇਤਫਾਕ ਨਹੀਂ ਹੈ ਤਾਂ ਇਹਦਾ ਮਤਲਬ ਕੁਛ ਵੀ ਨਹੀਂ ਹੈ, ਭਰਾਵਾਂ ਨੂੰ ਤਾਂ ਹੀ ਬਾਹਵਾਂ ਕਿਹਾ ਜਾਂਦਾ। ਹੁਣ ਗੱਲ ਕਰੀਏ ਜੀ ਅੱਜ ਦੇ ਪ੍ਰੋਗਰਾਮ ਦੇ ਵਾਲੇ ਪਾਸੇ ਜਾਣ ਵੇਲੇ, ਅਤੇ ਨਾਲ ਦੀ ਨਾਲ ਅੱਜ ਇਹ ਵੀ ਬੜਾ ਮਹਿਸੂਸ ਮਾਣ ਮਹਿਸੂਸ ਹੋ ਰਿਹਾ ਜਿੱਥੇ ਅਸੀਂ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕਰ ਰਹੇ ਉੱਥੇ ਹੀ, ਨਾਲ ਨਾਲ ਅੱਜ ਇੱਕ ਕੱਲ੍ਹ ਸੀ, ਇੱਕ ਐਸੀ ਮਹਾਨ ਹਸਤੀ ਦੀ ਕੱਲ੍ਹ ਬਰਸੀ ਸੀਗੀ ਜਿਨ੍ਹਾਂ ਨੂੰ ਅੱਜ ਯਾਦ ਕਰ ਰਹੇ ਹਾਂ। ਕੱਲ੍ਹ ਐਤਵਾਰ ਸੀ, ਨਹੀਂ ਜ਼ਿਕਰ ਹੋਇਆ, ਪਰ ਉਹਨਾਂ ਨੂੰ ਪਹਿਲਾਂ ਵੀ ਅਸੀਂ ਬਹੁਤ ਵਾਰੀ ਯਾਦ ਕੀਤਾ ਅਤੇ ਅੱਜ ਫਿਰ ਉਹਨਾਂ ਨੂੰ ਵੀ ਯਾਦ ਕਰਕੇ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ, ਸੰਗੀਤ ਜਗਤ ਦਾ ਬਹੁਤ ਵੱਡਾ ਨਾਮ, ਜਿਹੜਾ 23 ਮਈ 1999 ਨੂੰ ਸਾਡੇ ਤੋਂ ਵਿਛੜਿਆ ਸੀਗਾ, ਅਤੇ ਉਹਨਾਂ ਨੂੰ ਵੀ ਅੱਜ ਅਸੀਂ ਯਾਦ ਕਰਾਂਗੇ। ਕਿਉਂਕਿ ਪ੍ਰੋਗਰਾਮ ਸੰਗੀਤਕ ਹੁੰਦਾ, ਇਸ ਕਰਕੇ ਸੰਗੀਤ ਦੀ ਗੱਲ ਕਰਦੇ ਹਾਂ। ਨਾਲ ਦੀ ਨਾਲ ਅਸੀਂ ਕੱਲ੍ਹ ਨੂੰ ਜਿਹੜੀ ਗੱਲ ਹੈ ਉਹ ਅਸੀਂ ਅੱਜ ਜਿਹਦੀ ਗੱਲ ਕਰਦੇ ਅਸੀਂ ਅਸੀਂ ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਕਰਦੇ ਜਾਂ ਬ੍ਰਦਰ ਡੇ ਦੀ ਗੱਲ ਕਰਦੇ ਹਾਂ, ਉਹ ਅਸੀਂ ਕੱਲ੍ਹ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ। ਆਸਾ ਸਿੰਘ ਮਸਤਾਨਾ ਜੀ ਦਾ ਜ਼ਿਕਰ ਅਸੀਂ ਪਹਿਲਾਂ ਵੀ ਬਹੁਤ ਵਾਰੀ ਕੀਤਾ, ਪਿੱਛੇ ਜੇ ਉਹਨਾਂ ਦੀ ਪੋਤੀ ਗੁਰਨਿਮਰਤ ਕੌਰ ਮਸਤਾਨਾ ਜਿਹੜੇ ਇੱਥੇ ਰਹਿੰਦੇ ਨੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਅਸੀਂ ਐਸ ਅਸ਼ੋਕ ਭੌਰਾ ਜੀ ਨਾਲ ਲਿਆ ਸੀਗਾ ਸਕਾਈਪ ਦੇ ਉੱਤੇ, ਅਤੇ ਬਹੁਤ ਵਧੀਆ ਪ੍ਰੋਗਰਾਮ ਉਹਨਾਂ ਦਾ ਪਸੰਦ ਕੀਤਾ ਸੀ ਤੁਸੀਂ ਸਾਰਿਆਂ ਨੇ। ਅੱਜ ਵੀ ਜਿੱਥੇ ਮੈਂ ਨਾਲ ਨਾਲ ਆਸਾ ਸਿੰਘ ਮਸਤਾਨਾ ਜੀ ਦੇ ਕੁਛ ਗੀਤ ਦਿਖਾਊਂਗਾ, ਉੱਥੇ ਹੀ ਨਾਲ ਨਾਲ ਗੁਰਨਿਮਰਤ ਜਿਹੜੇ ਨੇ ਉਹ ਵੀ ਸਾਡੇ ਨਾਲ ਥੋੜ੍ਹੀ ਦੇਰ ਵਾਸਤੇ ਫੋਨ 'ਤੇ ਜੁੜਨਗੇ ਅਤੇ ਯਾਦਾਂ ਤਾਜ਼ਾ ਕਰਨਗੇ ਆਸਾ ਸਿੰਘ ਮਸਤਾਨਾ ਦੀਆਂ। ਉਹਨਾਂ ਦੀਆਂ ਯਾਦਾਂ ਵੱਲ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਪੰਜਾਬ ਲੈ ਚੱਲਦੇ ਹਾਂ ਜੀ। ਪੰਜਾਬ ਦੇ ਵਿੱਚੋਂ ਜਦੋਂ ਕੋਈ ਹੁਣ ਫੋਨ ਆਉਂਦਾ ਕਿਸੇ ਦਾ ਤਾਂ ਇੱਕਦਮ ਦਿਲ, ਜਿਵੇਂ ਪਹਿਲਾਂ ਨਹੀਂ ਸੀ ਹੁੰਦਾ ਰਾਤ ਨੂੰ ਕਿਸੇ ਦਾ ਫੋਨ ਖੜਕਣਾ, ਜੋ ਲੈਂਡਲਾਈਨ ਹੁੰਦੇ ਸੀਗੇ ਅਤੇ ਰਾਤ ਨੂੰ ਫੋਨ ਖੜਕਣਾ, ਅਤੇ ਇਹ ਹੀ ਹੁੰਦਾ ਸੀ ਇੱਕਦਮ ਦਿਲ ਦੇ ਵਿੱਚੋਂ ਤਰਾਹ ਨਿਕਲਦੀ ਸੀ, ਹਾਏ ਰੱਬਾ ਇਸ ਵੇਲੇ ਕਿਹਦਾ ਫੋਨ ਆ ਗਿਆ, ਸੁੱਖ ਹੋਵੇ। ਉਹ ਇੱਕ ਵੱਖਰਾ ਸਮਾਂ ਸੀ, ਉਦੋਂ ਹੋਰ ਸੀ ਯੁੱਗ, ਅਤੇ ਹੁਣ ਪਹਿਲੀ ਗੱਲ ਤਾਂ ਸਾਨੂੰ ਨਾਲ ਦੀ ਨਾਲ ਸੋਸ਼ਲ ਮੀਡੀਆ ਤੋਂ ਹੀ ਅਪਡੇਟ ਹੋ ਜਾਂਦਾ, ਅਤੇ ਵੀ ਜੇ ਨਹੀਂ ਤਾਂ ਜਦੋਂ ਕੋਈ ਫੋਨ ਆਉਂਦਾ ਉਦੋਂ ਵੀ ਇੱਕ ਵਾਰ ਤਾਂ ਦਿਲ 'ਚੋਂ ਤਰਾਹ ਜਿਹਾ ਨਿਕਲਦਾ ਵੀ ਰੱਬਾ ਸੁੱਖ ਹੋਵੇ, ਇਹ ਫੋਨ ਫਲਾਣੇ ਰਿਸ਼ਤੇਦਾਰ ਦਾ ਆ ਗਿਆ, ਫਲਾਣੇ ਦੋਸਤ ਮਿੱਤਰ ਦਾ ਆ ਗਿਆ। ਪਰ ਹੁਣੇ ਮੇਰੀ ਕਰਮਜੀਤ ਅਨਮੋਲ ਨਾਲ ਗੱਲ ਹੁੰਦੀ ਸੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਅਤੇ ਮੈਂ ਉਹਨੂੰ ਪੁੱਛਿਆ ਵੀ ਹਾਲ ਚਾਲ, ਅਤੇ ਉਹ ਕਹਿੰਦਾ ਵੀ ਭਰਾ ਬਹੁਤ ਬੁਰੇ ਹਾਲ ਆ। ਉਹ ਕਹਿੰਦੇ ਵੀ ਅਸੀਂ ਸਰਵਾਈਵ ਕਰੀ ਜਾਂਦੇ ਹਾਂ, ਅਸੀਂ ਚਲੋ ਪਹਿਲਾਂ ਪੈਸੇ ਪੂਸੇ ਕਮਾਏ ਚੰਗੇ ਅਤੇ ਇਸ ਕਰਕੇ ਸਰਵਾਈਵ ਕਰੀ ਜਾਂਦੇ ਹਾਂ, ਪਰ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੈ, ਰੋਜ਼ ਇੱਕ ਦੋ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਮਾੜੀਆਂ। ਉਹ ਕਹਿੰਦਾ ਮੇਰੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚੋਂ ਇੱਕ ਦਿਨ ਛੱਡ ਕੇ ਇੱਕ ਬੰਦੇ ਦੀ ਕਰੋਨਾ ਨਾਲ ਡੈਥ ਹੁੰਦੀ ਆ, ਗੰਢੂਆ ਪਿੰਡ ਪੈਂਦਾ ਸੰਗਰੂਰ ਦੇ ਵਿੱਚ ਉਹਨਾਂ ਦਾ,
ਜੇ ਅਸੀਂ ਇਹ ਗੱਲ ਕਰ ਸਕਦੇ ਹਾਂ ਤਾਂ ਤੁਹਾਡੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਐਸੇ ਹੋਣਗੇ ਜਿਨ੍ਹਾਂ ਵੱਲੋਂ ਖਬਰਾਂ ਆ ਰਹੀਆਂ, ਸੋ ਇੱਕ ਇਹ ਵੀ ਅਸੀਂ ਅਰਦਾਸ ਕਰਦੇ ਹਾਂ। ਪਰ ਦੂਜੀ ਉੱਥੇ ਗੱਲ ਇਹ ਵੀ ਹੈ ਵੀ ਵੈਕਸੀਨ, ਪਹਿਲੀ ਗੱਲ ਤਾਂ ਹੈ ਹੀ ਨਹੀਂ, ਪਹਿਲੀ ਵੈਕਸੀਨ ਲਵਾਉਣ ਤੋਂ ਬਾਅਦ ਦੂਜੀ ਕਹਿੰਦੇ ਜੀ 4 ਮਹੀਨੇ ਬਾਅਦ ਵਾਰੀ ਆਊਗੀ, ਜਦ ਤੱਕ ਪਹਿਲੀ ਦਾ ਵੀ ਅਸਰ ਮੇਲਾ ਦਾ ਖਤਮ ਹੋਣਾ। ਅਤੇ ਇੱਕ ਤਾਂ ਇਹ ਪ੍ਰੋਬਲਮ ਉੱਥੇ, ਦੂਜੀ ਇਹ ਹੈ ਵੀ ਜਿੱਥੇ ਹੈਗੀ ਆ ਉੱਥੇ ਲੋਕ ਲਵਾਉਣ ਨਹੀਂ ਜਾਂਦੇ। ਆ ਬਿਹਾਰ ਦੀ ਖਬਰ ਦੱਸ ਰਿਹਾ ਸੀ ਮੁੰਡਾ ਸਾਡਾ, ਇੱਕ ਤਾਂ ਬਿਹਾਰ ਦੇ ਵਿੱਚ ਫ੍ਰੀ ਵੈਕਸੀਨ ਲਾਉਣ ਵਾਸਤੇ ਉਹਨਾਂ ਨੇ ਕੈਂਪ ਲਾਇਆ, ਇੱਕ ਵੀ ਬੰਦਾ ਨਹੀਂ ਆਇਆ ਜਿੱਥੇ ਕੈਂਪ ਲਾਇਆ। ਸੋ ਵੈਕਸੀਨ ਲਵਾਉਣੀ ਬਹੁਤ ਜ਼ਰੂਰੀ ਆ, ਇਹੀ ਸਾਡੀ ਬੇਨਤੀ ਹੈ ਸਾਰਿਆਂ ਨੂੰ। ਸੋ ਚਲੋ ਆਪਾਂ ਸੰਗੀਤ ਵਾਲੇ ਪਾਸੇ ਚੱਲਦੇ ਹਾਂ, ਇਹੋ ਜਿਹੀਆਂ ਖਬਰਾਂ ਤਾਂ ਜਿੰਨੀਆਂ ਸੁਣਾਈ ਜਾਵਾਂਗੇ ਉਨਾ ਹੀ ਮਨ ਠਾਹਾਂ ਨੂੰ ਜਾਈ ਜਾਣਾ। ਸੰਗੀਤ ਜਿੰਨਾ ਅਸੀਂ ਸੁਣਾਂਗੇ ਉਨਾ ਮਨ ਨੂੰ ਸਕੂਨ ਮਿਲਦਾ, ਸਾਡੇ ਸਕੁਆਇਰ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਰਾਹ ਮਿਲਦਾ ਸਾਡੇ ਸੰਗੀਤ ਦੇ ਵਿੱਚ। ਆਸਾ ਸਿੰਘ ਮਸਤਾਨਾ ਸਾਹਿਬ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਕਿ 22 ਅਗਸਤ 1927 ਨੂੰ ਉਹਨਾਂ ਦਾ ਬਰਥ ਹੋਇਆ ਸੀਗਾ। ਪਰ ਉਹਨਾਂ ਦੀਆਂ ਅਸਲ ਗੱਲਾਂ, ਕਿਉਂਕਿ ਉਹ ਜਿਹੜੇ ਉਹਨਾਂ ਦੇ ਪੋਤੀ ਹੈਗੇ ਨੇ ਉਹਨਾਂ ਨਾਲ ਬਹੁਤ ਨੇੜੇ ਬਹੁਤ ਜ਼ਿਆਦਾ ਵਿਚਰਨ ਦਾ ਮੌਕਾ ਮਿਲਿਆ, ਉਦੋਂ ਅਸੀਂ ਗੱਲ ਕੀਤੀ ਸੀ ਅਤੇ ਉਦੋਂ ਸਮਾਂ ਫਿਰ ਵੀ ਥੋੜ੍ਹਾ ਪੈ ਗਿਆ ਸੀ ਉਹਨਾਂ ਦੀ ਗੱਲ ਕਰਦੇ ਕਰਦੇ। ਅੱਜ ਬ੍ਰੇਕ ਤੋਂ ਬਾਅਦ ਮੈਂ ਉਹਨਾਂ ਦੀ ਜਿਹੜੇ ਹੈਗੇ ਨੇ ਪੋਤੀ ਉਹਨਾਂ ਨੂੰ ਫੋਨ 'ਤੇ ਲਊਂਗਾ। ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗਾ ਵੀ ਇੱਕ ਯਾਦ ਅਸੀਂ ਉਹਨਾਂ ਦੀ ਤਾਜ਼ਾ ਜ਼ਰੂਰ ਕਰੀਏ ਤੁਹਾਡੇ ਨਾਲ। ਗੀਤ ਉਹਨਾਂ ਦੇ ਸਾਰੇ ਹੀ ਵਧੀਆ, ਇੱਕ ਅੱਜ ਇੱਕ ਹੋਰ ਇੱਕ ਪਲੱਸ ਪੁਆਇੰਟ ਹੋਏਗਾ ਪ੍ਰੋਗਰਾਮ ਦਾ, ਮੇਰੇ ਹਿਸਾਬ ਦੇ ਨਾਲ ਮੇਰੇ ਰੂਹ ਦੇ ਹੋਰ ਜ਼ਿਆਦਾ ਨੇੜੇ ਪ੍ਰੋਗਰਾਮ ਹੋਏਗਾ, ਕਿਉਂਕਿ ਅੱਜ ਜਿਹੜੇ ਅਸੀਂ ਗੀਤ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਤਕਰੀਬਨ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਲਿਖੇ ਨੇ। ਸਾਨੂੰ ਮੈਸੇਜ ਆਇਆ ਕੱਲ੍ਹ ਪਰਸੋਂ ਇੱਕ LA ਤੋਂ ਹੈਗੇ ਨੇ ਹਰਕੇਸ਼ ਜੌਲ ਜੀ, ਅਤੇ ਉਹ ਕਹਿੰਦੇ ਵੀ ਤੁਸੀਂ ਸ਼ਿਵ ਦਾ ਪ੍ਰੋਗਰਾਮ ਨਹੀਂ ਕੀਤਾ। ਕਹਿੰਦੇ ਮੈਂ ਕਿਹਾ ਸ਼ਿਵ ਦਾ ਪ੍ਰੋਗਰਾਮ ਤੁਸੀਂ ਬਹੁਤ ਵਾਰੀ ਕੀਤਾ, ਇਹ ਤਾਂ ਬਹੁਤ ਵਾਰੀ ਯਾਦ ਕੀਤਾ ਉਹਨਾਂ ਨੂੰ, ਅਤੇ ਅੱਜ ਵੀ ਮੈਂ ਫਿਰ ਉਹਨਾਂ ਨੂੰ ਮੈਂ ਹੁਣ ਦੱਸ ਦਿੰਦਾ, ਅੱਜ ਦੇਖਦੇ ਨੇ TV ਅਗਰ ਤਾਂ ਅੱਜ ਵੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਵੀ ਨਾਲ ਯਾਦ ਕਰਾਂਗੇ। ਐਸੇ ਮਹਾਨ ਸ਼ਾਇਰ ਨੂੰ ਕੌਣ ਭੁੱਲ ਸਕਦਾ, ਐਸੇ ਮਹਾਨ ਸ਼ਾਇਰ ਨੂੰ ਤਾਂ ਹਮੇਸ਼ਾ ਹੀ ਅਸੀਂ ਯਾਦ ਰੱਖੀਦਾ, ਐਸੀਆਂ ਮਹਾਨ ਹਸਤੀਆਂ ਜਿਹੜੀਆਂ ਹੈਗੀਆਂ ਸਾਰਿਆਂ ਨੂੰ ਅਸੀਂ ਯਾਦ ਕਰਦੇ ਹਾਂ ਇਸ ਮੰਚ ਦੇ ਉੱਤੋਂ, ਸਾਰਿਆਂ ਨੂੰ ਯਾਦ ਕਰਦੇ, ਖਾਸ ਤੌਰ 'ਤੇ ਸੋਮਵਾਰ ਵਾਲੇ ਦਿਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਮੈਂ ਜਿਵੇਂ ਕਿ ਅੱਜ ਪ੍ਰੋਗਰਾਮ ਤੁਸੀਂ ਦੇਖ ਹੀ ਰਹੇ ਹੋ, ਆਸਾ ਸਿੰਘ ਮਸਤਾਨਾ ਜੀ ਦੀ ਗੱਲ ਕਰ ਰਹੇ ਹਾਂ, ਔਰ ਬੜਾ ਮਾਣ ਮਹਿਸੂਸ ਕਰ ਰਿਹਾ ਸੀ ਜਦੋਂ ਵੀ ਉਹਨਾਂ ਦਾ ਜ਼ਿਕਰ ਕਰੀਦਾ। ਅਤੇ ਉਸ ਤੋਂ ਵੀ ਮਾਣ ਵਾਲੀ ਗੱਲ ਇਹ ਹੈਗੀ ਆ, ਜਿਵੇਂ ਅਸੀਂ ਗੱਲ ਕਰੀਏ ਕੋਈ ਮਾੜਾ ਮੋਟਾ ਵੀ ਸਾਨੂੰ ਜਾਣ ਦਾ ਮਿਲ ਜਾਂਦਾ ਸੀ ਕਿਸੇ ਨੂੰ, ਮੈਂ ਪਹਿਲਾਂ ਜਦੋਂ ਇੰਡੀਆ ਕਰਦੇ ਹੁੰਦੇ ਥੀਏਟਰ ਦੇਖਣੇ ਆਉਂਦੇ ਸੀ ਪ੍ਰੋਗਰਾਮ, ਤਾਂ ਸਟੇਜ ਦੇ ਉੱਪਰ ਕੋਈ ਬੰਦਾ ਸਾਨੂੰ ਮਾੜਾ ਜਿਹਾ ਜਾਣਦਾ ਹੀ ਮਿਲ ਜਾਂਦਾ ਤਾਂ ਚਾਅ ਚੜ ਜਾਂਦਾ ਸੀਗਾ ਔਰ ਬੜਾ ਮਾਣ ਮਹਿਸੂਸ ਹੁੰਦਾ ਸੀ। ਅੱਜ ਬਹੁਤ ਵੱਡਾ ਮਾਣ ਇਸ ਕਰਕੇ ਵੀ ਮਹਿਸੂਸ ਹੋ ਰਿਹਾ ਕਿ ਜਿਵੇਂ ਅਸੀਂ ਤੁਹਾਡੇ ਨਾਲ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਨਾਲ ਉਹਨਾਂ ਦੀ ਪੋਤਰੀ ਗ੍ਰੈਂਡ ਡਾਟਰ ਗੁਰਨਿਮਰਤ ਕੌਰ ਮਸਤਾਨਾ ਜੀ, ਉਹ ਅੱਜ ਜੁੜਨਗੇ ਫੋਨ 'ਤੇ ਗੱਲ ਕਰਨਗੇ ਸਾਡੇ ਨਾਲ, ਔਰ ਨਾਲ ਦੀ ਨਾਲ ਪਹਿਲਾਂ ਜਦੋਂ ਪ੍ਰੋਗਰਾਮ ਉਹਨਾਂ ਨੇ ਕੀਤਾ ਸੀ ਤਾਂ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਾਡੇ ਦਰਸ਼ਕਾਂ ਨੇ। ਸੋ ਅੱਜ ਵੀ ਗੱਲ ਕਰਦੇ ਹਾਂ ਜੀ ਗੁਰਨਿਮਰਤ ਮਸਤਾਨਾ ਜੀ ਨਾਲ। ਜੀ ਗੁਰਨਿਮਰਤ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿਹੜੇ ਵੇਖ ਰਹੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਤੇ ਜਸ ਪੰਜਾਬੀ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਦੁਬਾਰਾ ਫਿਰ ਸਾਡੇ ਨਾਲ ਜੁੜੇ ਹੋ। ਪਹਿਲਾਂ ਭੌਰਾ ਸਾਹਿਬ ਨਾਲ ਆਪਾਂ ਉਦਣ ਗੱਲ ਕੀਤੀ ਸੀ, ਭੌਰਾ ਸਾਹਿਬ ਨਾਲ ਸੀਗੇ ਤੇ ਕੱਲ ਮੈਂ ਯਾਦ ਕਰ ਰਿਹਾ ਸੀ, ਕੱਲ ਮੈਂ ਕਿਹਾ ਵੀ ਅੱਜ ਮਸਤਾਨਾ ਸਾਹਿਬ ਦੀ ਬਰਸੀ ਹੈਗੀ ਆ, ਫਿਰ ਤੁਸੀਂ ਪੋਸਟ ਵੀ ਪਾਈ ਫੇਸਬੁੱਕ 'ਤੇ, ਇੱਕਦਮ ਯਾਦਾਂ ਤਾਜ਼ਾ ਹੋ ਗਈਆਂ ਸਾਰੀਆਂ। ਸੋ ਹਾਂਜੀ, ਮੈਂ ਕਿਹਾ ਯਾਦ ਕਰਨਾ ਜ਼ਰੂਰੀ ਹੈ ਇਹੋ ਜਿਹੀਆਂ ਮਹਾਨ ਹਸਤੀਆਂ ਨੂੰ ਜੀ। ਅਸੀਂ ਕਈ ਵਾਰੀ ਬੈਠੇ ਆਈ ਸੋਚਦੇ ਨਾ ਕਿ ਅਸੀਂ ਤੇ ਜਿਵੇਂ ਲੋਕ ਉਹਨਾਂ ਨੂੰ ਆਸਾ ਸਿੰਘ ਮਸਤਾਨਾ ਕਰਕੇ ਯਾਦ ਕਰਦੇ, ਮੇਰੇ ਅੱਗੇ ਤੇ ਪੂਰਾ ਉਹ ਦਿਨ ਆ ਜਾਂਦਾ। ਮੈਂ ਮਤਲਬ ਉਹ ਪੂਰਾ ਇੱਕ ਜਿਹੜਾ ਸਮਾਂ ਸੀ ਉਹ ਕਦੀ ਵੀ ਮਤਲਬ ਇੰਨੇ ਸਾਲ ਹੋ ਗਏ ਨੇ ਅੱਜ ਵੀ ਮਤਲਬ ਭੁੱਲਦੇ ਨੇ, ਔਰ ਮੇਰਾ ਦਿਲ ਕਹਿੰਦਾ ਹੈ ਕਿ ਅਗਰ ਉਹ ਇੱਕ ਛੋਟਾ ਜਿਹਾ ਐਕਸੀਡੈਂਟ ਨਾ ਆਇਆ ਹੁੰਦਾ ਤੇ ਅੱਜ ਵੀ ਮੈਂ ਉਹਨਾਂ ਨੂੰ ਦੇਖਦੀ, ਕਿਉਂਕਿ ਇੰਨੇ ਹੈਲਦੀ ਸੀ। ਮੈਂ ਈਜ਼ਲੀ ਉਹਨਾਂ ਨੂੰ 90+ ਉਮੀਦ ਕਰਦੀ ਸੀ ਕਿ ਉਹ ਰਹਿਣਗੇ, ਬਟ ਜੋ ਰੱਬੋ ਮਨਜ਼ੂਰ। ਅਤੇ ਹਾਂਜੀ, ਹੁਣ ਤਾਂ ਮਤਲਬ ਜਿਹੜਾ 99 ਦੀ ਵੀ ਗੱਲ ਕਰੀਏ ਤਾਂ ਹੁਣ 90-21 ਦੀ ਗੱਲ ਹੈਗੀ ਹੈ, ਮਤਲਬ 22 ਸਾਲ ਹੋ ਗਏ ਉਹਨਾਂ ਨੂੰ। ਹਾਂਜੀ, ਅਤੇ ਐਕਸੀਡੈਂਟ ਹੀ ਹੋਇਆ ਸੀਗਾ ਜੀ ਉਹਨਾਂ ਦਾ, ਕੀ ਹੋਇਆ ਸੀ? ਉਹ ਐਕਚੁਅਲੀ ਰੋਜ਼ ਸਵੇਰੇ ਵਾਕ ਤੇ ਜਾਂਦੇ ਸੀ ਆਪਣਾ, ਔਰ ਹੀ ਵਾਸ ਅ ਵੈਰੀ ਹੈਲਦੀ ਪਰਸਨ, ਕੋਈ ਇੰਚ ਦੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ, ਕੁਛ ਨਹੀਂ ਸੀ, ਬਹੁਤ ਹੈਲਦੀ ਸੀ। ਤੇ ਉਹਨਾਂ ਦੀ ਇੱਕ ਰੂਟੀਨ ਹੁੰਦੀ ਸੀ ਕਿ ਸਵੇਰੇ 6:30 ਉੱਠ ਕੇ ਉਹ ਵਾਕ ਤੇ ਜਾਂਦੇ ਸੀ। ਤੇ ਵਾਕ ਤੇ ਜਾਂਦੇ ਸੀ, ਸਾਡੇ ਘਰ ਦੇ ਅੱਗੇ ਗਏ ਤੇ ਉੱਥੇ ਕਾਰਨਰ ਦੇ ਹਾਊਸ ਤੇ ਕੰਸਟਰਕਸ਼ਨ ਹੋ ਰਹੀ ਸੀ। ਤੇ ਸਾਡੇ ਘਰ ਦੇ ਬਿਲਕੁਲ ਲਾਈਕ 1-2 ਮਾਈਲ ਤੇ ਮਦਰ ਡੈਰੀ ਹੁੰਦੀ ਸੀ, ਤੇ ਵਾਕ ਕਰਕੇ ਉੱਥੋਂ ਦੁੱਧ ਪੀ ਕੇ ਆਉਣਾ ਉਹਨਾਂ ਨੂੰ ਇੱਕ ਸ਼ੌਕ ਹੁੰਦਾ ਸੀ ਸਵੇਰੇ ਸਵੇਰੇ। ਉਹ ਕੰਸਟਰਕਸ਼ਨ ਦੇ ਨਾ ਜਿੱਥੇ ਛੋਟੇ ਛੋਟੇ ਸਟੋਨਸ ਜੇ ਲਾਏ ਕਰਦੇ ਨੇ, ਔਰ ਮੋਇਸਟ ਵੈਦਰ ਸੀ ਕਿਉਂਕਿ ਠੰਡ ਆ ਰਹੀ ਸੀ, ਗਰਮੀ ਜਾ ਰਹੀ ਸੀ, ਗਿੱਲਾ ਗਿੱਲਾ ਵੈਦਰ ਹੁੰਦਾ, ਤੇ ਕਿੱਧਰੇ ਉਹਨਾਂ ਦਾ ਪੈਰ ਤੇ ਰੱਖਿਆ ਤੇ ਉਹ ਜਾ ਕੇ ਉੱਥੇ ਬਹੁਤ ਵੱਡਾ ਜਿਹਾ ਸਟੋਨ ਪਿਆ ਹੋਇਆ ਸੀ, ਬਹੁਤ ਕਾਫੀ ਵੱਡਾ।
ਤੇ ਉਹ ਜਾ ਕੇ ਸਿੱਧਾ ਸਿਰ ਦੇ ਬਲ ਉੱਤੇ ਗਿਰੇ ਸੀ। ਓਹੋ ਤੇ ਉਹ ਫਿਰ ਮੈਂ ਥੱਲੇ ਬੈਡਮਿੰਟਨ ਖੇਲ ਰਹੀ ਸੀ ਆਪਣੀ ਫਰੈਂਡਸ ਨਾਲ, ਕਿਉਂਕਿ ਮੈਂ ਵੀ ਸਪੋਰਟਸ 'ਚ ਸੀ ਥੋੜੀ, ਤੇ ਮੈਂ ਬੈਡਮਿੰਟਨ, ਤੇ ਮੈਂ ਦੇਖਿਆ ਕਿ 4-5 ਲੇਬਰ ਪੀਪਲ ਉਠਾ ਕੇ ਉਹਨਾਂ ਨੂੰ ਲੈ ਕੇ ਆ ਰਹੇ ਨੇ, ਖੂਨ 'ਚ ਲਥਪਥ ਸੀ। ਉਸ ਤੋਂ ਬਾਅਦ ਉਹਨਾਂ ਨੇ ਆਲਮੋਸਟ 9-10 ਮੰਥ ਸਰਵਾਈਵ ਕੀਤਾ ਉਸ ਐਕਸੀਡੈਂਟ ਤੋਂ ਬਾਅਦ, ਪਰ ਉਹੀ ਰੱਬ ਨੂੰ ਉਹੀ ਮੈਂ ਕਹਿੰਦਾ ਇਟ ਵਾਜ਼ ਸੋ ਹੈਲਦੀ ਕਿ ਮੈਂ ਇੰਨੀ ਜਲਦੀ ਜਾਂਦੇ ਉਹਨਾਂ ਨੂੰ ਵੇਖ। ਆਈ ਨੋ ਹੀ ਵਾਜ਼ 71, ਬਟ ਫਿਰ ਵੀ ਐਜ਼ ਅ ਏਜ ਆਫ ਅ 71 ਫੁੱਲ ਨੌਲੇਜ। ਉਹਨਾਂ ਦਾ ਇੱਕ ਸ਼ੋਅ ਬੁੱਕ ਸੀ ਲੰਡਨ 'ਚ ਉਹਨਾਂ ਦੀ 50th ਐਨੀਵਰਸਰੀ ਦਾ। ਅੱਛਾ ਜੀ। ਹਾਂ, ਉਹਨਾਂ ਨੇ ਲੰਡਨ ਟ੍ਰਿਪ ਤੇ ਜਾਣਾ ਸੀ, ਉਹਨਾਂ ਦਾ ਇੱਕ ਸ਼ੋਅ ਬੁੱਕ ਸੀ 50th ਐਨੀਵਰਸਰੀ ਦਾ, ਪਰ ਅਨਫੋਰਚੂਨੇਟਲੀ ਉਹ ਨਹੀਂ ਹੋ ਪਾਇਆ ਸੀ। ਤੇ ਚਲੋ ਜੀ, ਪਰਮਾਤਮਾ ਬੇਸ਼ੱਕ ਉਹ ਨਹੀਂ ਹੈਗੇ ਸਾਡੇ ਵਿੱਚ, ਪਰ ਉਹਨਾਂ ਦੀ ਆਵਾਜ਼ ਜਿਹੜੀ ਉਹ ਹਮੇਸ਼ਾ ਜ਼ਿੰਦਾ ਹੈਗੀ ਤੇ ਜ਼ਿੰਦਾ ਰਹੇਗੀ। ਔਰ ਜਿਵੇਂ ਨਿਮਰਤ ਜੀ, ਅਸੀਂ ਜਿਵੇਂ ਮਹਿਸੂਸ ਕਰਨਾ, ਮੈਂ ਇੱਕ ਵਾਰੀ ਦੇਖਿਆ ਸੀ, ਮੈਂ ਦੱਸਿਆ ਸੀ ਜਿਵੇਂ ਪਹਿਲਾਂ ਵੀ, ਅਤੇ ਬੜਾ ਜਦੋਂ ਗੀਤ ਕਿਤੇ ਵੀ ਸੁਣਦੇ ਸੀ, ਰੇਡੀਓ 'ਤੇ ਵੀ ਸੁਣਦੇ ਸੀ, ਲੱਗਦਾ ਅਸੀਂ ਬੜਾ ਮਾਣ ਹੁੰਦਾ ਸੀ ਮਹਿਸੂਸ। ਮੈਂ ਇਹਨਾਂ ਨੂੰ ਦੇਖਿਆ ਹੋਇਆ, ਮੈਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤਾਂ ਅਸੀਂ ਨੀਚੇ ਬੈਠ ਕੇ, ਸਾਡੇ ਉੱਥੇ ਮੇਲਾ ਲੱਗਦਾ ਇੱਕ ਪਿੰਡ ਦੇ ਨੇੜੇ, ਉੱਥੇ ਆਏ ਸੀਗੇ। ਅਤੇ ਅੱਛਾ, ਇੱਕ ਚੀਜ਼ ਜਿਹੜੀ ਉਦੋਂ ਮੈਂ ਥੋੜ੍ਹੇ ਜਿਹੇ ਸਮੇਂ 'ਚ ਨੋਟ ਕੀਤੀ, ਬਹੁਤ ਹੀ ਜ਼ਿਆਦਾ ਮਤਲਬ ਪ੍ਰੋਗਰਾਮ ਦੇ ਦੌਰਾਨ, ਜਿਵੇਂ ਦੇਖਣ ਤੋਂ ਇੰਨਾ ਲੱਗਦੇ ਨਹੀਂ, ਪ੍ਰੋਗਰਾਮ ਦੇ ਦੌਰਾਨ ਉਹ ਬਹੁਤ ਕਮੇਡੀ, ਬਹੁਤ ਫਨੀ ਗੱਲਾਂ ਬਹੁਤ ਕਰਦੇ ਹੁੰਦੇ ਸੀ। ਸਾਡੀ ਪੂਰੀ ਫੈਮਿਲੀ ਤੇ ਚੱਲਦਾ ਐਕਚੁਅਲੀ। ਅੱਛਾ। ਸਾਡੇ ਡੈਡੀ ਦਾ ਜਿਹੜਾ ਸੈਂਸ ਆਫ ਹਿਊਮਰ ਸੀ ਬਹੁਤ ਮਤਲਬ ਵਧੀਆ ਹੁੰਦਾ ਸੀ। ਕਈ ਵਾਰੀ ਹੁੰਦਾ ਸੀ, ਮੈਂ ਤੁਹਾਨੂੰ ਛੋਟਾ ਜਿਹਾ ਗੱਲ ਦੱਸਾਂ, ਉਹਨੂੰ ਖਾਣ ਦੇ ਬੜੇ ਸ਼ੌਕੀਨੀ ਹੁੰਦੇ ਸੀ, ਤੇ ਕਈ ਵਾਰੀ ਜੇ ਘਰ 'ਚ ਬਿਲਕੁਲ ਸਾਦਾ ਖਾਣਾ ਬਣ ਜਾਣਾ, ਜਿਵੇਂ ਦਾਲ ਸਬਜ਼ੀ ਬਣ ਜਾਣੀ ਆ, ਕੁਝ ਬਣ ਜਾਣਾ ਨਾ, ਤੇ ਉਹਨਾਂ ਰੁਕ ਕੇ ਕਮਰੇ 'ਚ ਬਹਿ ਜਾਣਾ, ਤੇ ਮੰਮਾ ਮੇਰੇ ਆਣਗੇ ਪੁੱਛਣਗੇ ਡੈਡੀ ਜੀ ਰੋਟੀ ਬਣ ਗਈ, ਆ ਕੇ ਖਾ ਲਓ, ਕੀ ਚਾੜਿਆ ਹੈ? ਉਹ ਕਹਿੰਦੇ ਜੀ ਦਾਲ ਚਾੜੇ, ਇੰਜ ਕਰ ਬੰਦ ਕਰਕੇ ਨਾ ਆਪਣੇ ਪੇਕਿਆਂ ਨੂੰ ਦਿਆ। ਮੈਂ ਨਾ ਜੀ ਉਦੋਂ ਦੇਖਿਆ ਪ੍ਰੋਗਰਾਮ ਦੇ ਵਿੱਚ, ਮੈਨੂੰ ਹਜੇ ਕਈ ਗੱਲਾਂ ਹਜੇ ਤੱਕ ਯਾਦ ਨੇ, ਤੇ ਉਹ ਕਹਿੰਦਾ ਕਹਿੰਦੇ ਸੀ ਵੀ ਅੱਜ ਕੱਲ੍ਹ ਦੇ ਮੁੰਡੇ ਦੇਖ ਲਓ, ਉਦੋਂ ਮੇਰੇ ਖਿਆਲ 99 ਤੋਂ ਪਹਿਲਾਂ ਦੀ ਗੱਲ ਹੋਏਗੀ, ਕਦੋਂ ਦੀ ਗੱਲ ਹੋਈ ਮੇਰੇ ਯਾਦ ਨਹੀਂ, ਹੁਣ 90 ਦੀ ਹੋਏਗੀ ਜਾਂ ਕਦੋਂ ਦੀ। ਅਤੇ ਉਹ ਕਹਿੰਦੇ ਵੀ ਕੋਈ ਮੁੰਡਾ ਗਾ ਰਿਹਾ ਸੀ ਤੜਕੇ ਤੜਕੇ ਸਰਦੀਆਂ ਨੂੰ, ਚੁੱਲ੍ਹੇ ਅੱਗੇ ਅੱਖਾਂ ਅੱਧੀਆਂ ਬੰਦ ਅੱਧੀਆਂ ਖੁੱਲ੍ਹੀਆਂ, ਅਤੇ ਚੁੱਲ੍ਹੇ ਅੱਗੇ ਬੈਠਾ ਨਾਲ ਚਾਹ ਪੀਜ਼ਾ ਦੇ ਨਾਲ ਗਾਣਾ ਗਾ ਰਿਹਾ ਸੀ, ਜਾਏ ਤੋ ਜਾਏ ਕਹਾਂ, ਕੋਈ ਫਿਲਮ ਤੋਂ ਹਿੱਟ ਹੋਈ ਹੋਣੀ ਹੈ ਪਤਾ ਨਹੀਂ, ਜਾਏ ਤੋ ਜਾਏ ਕਹਾਂ। ਮੈਂ ਕਿਹਾ ਭੋਰਾ ਕਿ ਹੋਰ ਅੱਗੇ ਨੂੰ ਹੈ ਜਿੱਥੇ ਜਾਣਾ ਪਹੁੰਚ ਜਾਏਗਾ, ਇਹ ਮੈਨੂੰ ਦੇਖ ਲਓ ਹਜੇ ਤੱਕ ਯਾਦ ਆ ਉਹਨਾਂ ਦੀ ਗੱਲ। ਕਈ ਲੋਕੀ ਮੇਰੇ ਨਾਲ ਇੰਜਨ ਜੀ ਕਾਫੀ ਗੱਲਾਂ ਸ਼ੇਅਰ ਕਰਦੇ ਨੇ, ਜਿਹੜੇ ਹੁਣ ਮੇਰੇ ਨਾਲ ਸੋਸ਼ਲ ਮੀਡੀਆ ਰਾਹੀਂ ਜੁੜਦੇ ਨੇ, ਕਈ ਵਾਰੀ ਸਟੇਜ ਦੀ ਕਾਮੇਡੀ ਦੀ ਗੱਲ ਕਰਦੇ, ਕਈ ਵਾਰੀ ਦੱਸਦੇ ਹੁੰਦੇ ਸੀ ਕਿ ਢੋਲ ਵਾਲੇ ਨੇ ਕਿਧਰੇ ਜ਼ਿਆਦਾ ਪੀ ਪਾ ਲਈ ਹੋਣੀ ਹੈ ਸਟੇਜ ਦੇ ਕਰਦੇ ਹੋਏ, ਤੇ ਡੈਡੀ ਜੀ ਕਹਿੰਦੇ ਦੇਖ ਭਰਾ ਤੇਰੀ ਇੱਜ਼ਤ ਦਾ ਪਤਾ ਨੀ, ਮੇਰੀ ਇੱਜ਼ਤ ਦਾ ਪਤਾ ਨੀ, ਤੂੰ ਢੋਲ ਮੇਰੇ ਤੇ ਛੱਡ ਲੈ, ਮੈਂ ਹੀ ਵਜਾ ਲੈਂਦਾ, ਤੂੰ ਆਰਾਮ ਕਰ ਜਾ ਕੇ। ਬੜੇ ਮਤਲਬ ਬਹੁਤ ਸੌਫਟਲੀ ਗੱਲ ਕਹਿੰਦੇ, ਬੜੇ ਸੌਫਟਲੀ ਗੱਲ ਕਹਿਣੀ। ਹਾਂਜੀ, ਬਹੁਤ ਸੌਫਟ ਸਪੋਕਨ ਸੀ, ਬਹੁਤ ਘਰ ਚ ਵੀ ਪਰਸਨਲੀ ਵੀ ਸਾਡੇ ਨਾਲ ਵੀ ਬਹੁਤ ਜ਼ਿਆਦਾ ਸੌਫਟ ਸਪੋਕਨ ਜੀ। ਤੇ ਉਹਨਾਂ ਦੀ ਸ਼ੁਰੂਆਤ ਦਾ ਤੁਹਾਨੂੰ ਕੋਈ ਗੱਲ ਹੁੰਦੀ ਹੋਏਗੀ, ਤੁਸੀਂ ਤਾਂ ਬਹੁਤ ਨੇੜੇ ਰਹੇ ਹੋ, ਜਿਵੇਂ ਸਾਨੂੰ ਤੁਹਾਡੇ ਨਾਲ ਗੱਲ ਕਰਕੇ ਮਾਣ ਮਹਿਸੂਸ ਹੋ ਰਿਹਾ, ਤੁਹਾਨੂੰ ਵੀ ਜ਼ਰੂਰ ਮਾਣ ਹੋਏਗਾ ਕਿ ਤੁਸੀਂ ਐਡੇ ਵੱਡੇ ਮਹਾਨ ਕਲਾਕਾਰ ਦੀ ਪੋਤੀ ਹੋ। ਤੇ ਉਹਨਾਂ ਦੀ ਗਾਇਕੀ ਦੀ ਸ਼ੁਰੂਆਤ ਦਾ ਕਿਵੇਂ ਸਬੱਬ ਬਣਿਆ ਜੀ, ਕੁਛ ਜਾਣਕਾਰੀ ਕਰ ਸਕਦੇ ਸਾਂਝੀ ਸਾਡੇ ਦਰਸ਼ਕਾਂ ਨਾਲ? ਐਕਚੁਅਲੀ ਇਹ ਵੀ ਮੇਰੀ ਕਿਸਮਤ ਬਹੁਤ ਚੰਗੀ ਨਿਕਲੀ, ਕਿਉਂਕਿ ਡੈਡੀ ਦੇ ਐਕਸੀਡੈਂਟ ਤੋਂ ਪਹਿਲਾਂ ਮੈਂ ਉਹਨਾਂ ਨਾਲ, ਕਿਉਂਕਿ ਮੈਂ ਹੀ ਇੱਕ ਸੀ ਜਿਹੜੀ ਰਿਆਜ਼ ਕਰਦੀ ਸੀ, ਅਸੀਂ 5 ਵਜੇ ਤੋਂ ਬਹਿ ਕੇ 7 ਵਜੇ ਤੱਕ ਦੋਨੋਂ ਦਾ ਪੋਤੀ ਬਹਿੰਦੇ ਸੀ, ਉਸ ਟਾਈਮ ਤੋਂ ਉਹਨਾਂ ਨੇ ਮੇਰੇ ਨਾਲ ਕਾਫੀਆਂ ਗੱਲਾਂ ਸ਼ੇਅਰ ਕੀਤੀਆਂ, ਔਰ ਮੈਂ ਇਸ ਗੱਲ ਨੂੰ ਕਦੀ ਮੈਂ ਬਹੁਤ ਬਲੈਸ ਫੀਲ ਕਰਦੀ ਹਾਂ ਕਿ ਮੈਨੂੰ ਉਹਨਾਂ ਦੀ ਹਿਸਟਰੀ ਪਤਾ ਚੱਲੀ, ਕਿਉਂਕਿ ਅੱਜ ਮੈਂ ਦੱਸ ਸਕਦੀ ਹਾਂ ਕਿ ਇੱਕ ਨੋਰਮਲ ਇਨਸਾਨ ਤੋਂ ਆਸਾ ਸਿੰਘ ਮਸਤਾਨਾ ਕਿਵੇਂ ਬਣੇ ਸੀ, ਕਿਉਂਕਿ ਲਾਈਫ ਉਹਨਾਂ ਦੀ ਬਹੁਤ ਸਟਰਗਲ ਸੀ। ਉਹ ਸ਼ੁਰੂਆਤੀ ਦਿਨਾਂ 'ਚ ਬਹੁਤ ਛੋਟੇ ਸੀ, ਕੋਈ 4-5 ਸਾਲ ਦੇ ਸੀ, ਤੇ ਉਹਨਾਂ ਨੂੰ ਨਾ ਇੱਕ ਉਹਨਾਂ ਦੇ ਫਾਦਰ ਕਿਧਰੇ ਮੇਲੇ ਗਏ, ਤੇ ਮੇਲੇ 'ਚ ਉਹਨਾਂ ਨੇ ਨਾ ਇੱਕ ਉਸ ਜ਼ਮਾਨੇ 'ਚ ਤੁੰਬਾ ਹੁੰਦਾ ਸੀ, ਅੱਜ ਵੀ ਕਈ ਵਜਾਉਂਦੇ ਨੇ ਪਰ ਅੱਜ ਬਹੁਤ ਘੱਟ ਵੱਜਦਾ ਉਹ, ਤੇ ਉਸ ਟਾਈਮ ਤੇ ਥੋੜਾ ਕਲਾਸਿਕਲ ਜਿਹੜਾ, ਅਗਰ ਤੁਸੀਂ ਦੇਖੋ ਨਾ ਲਾਹੌਰ ਪਾਕਿਸਤਾਨ ਜਿਹੜਾ ਤੁੰਬਾ ਮਿਲਦਾ ਨਾ, ਉੱਥੇ ਤਾਂ ਕਾਫੀ ਸਾਰੀ ਦੋਰੀਆਂ ਲੱਗੀਆਂ ਹੁੰਦੀਆਂ ਨੇ, ਜਿਵੇਂ ਸਾਈਂ ਜਹੂਰ ਸਾਹਿਬ ਦਾ ਅਸੀਂ ਅਕਸਰ ਦੇਖ ਰਹੇ ਹਾਂ, ਸਾਈਂ ਜਹੂਰ ਦਾ ਤੁਸੀਂ ਦੇਖਿਆ ਹੋਏਗਾ, ਉਹਨਾਂ ਦੇ ਬਹੁਤ ਦੋਰੀਆਂ ਲੱਗੀਆਂ ਹੋਈਆਂ। ਹਾਂ, ਡੋਰੀਆਂ ਲੱਗੀਆਂ ਹੁੰਦੀਆਂ ਸੀ, ਤੇ ਡੈਡੀ ਜੀ ਨਾ ਉਹਨਾਂ ਦੇ ਜਿਹੜੇ ਫਾਦਰ ਸੀ ਉਹ ਚੌਧਰੀ ਸੀ, ਤੇ ਉਹਨਾਂ ਨੇ ਕਿਹਾ ਕਿ ਚੱਲ ਮੇਲੇ 'ਚ ਪਤਾ ਨੀ ਕਿੰਨੇ ਆਣਿਆਂ ਦਾ ਸੀ, ਤੇ ਉਹਨਾਂ ਨੇ ਉਹਨਾਂ ਨੂੰ ਲੈ ਕੇ ਦੇ ਦਿੱਤਾ। ਉਹ ਕਹਿੰਦੇ ਹੁੰਦੇ ਸੀ ਕਿ ਮੈਂ ਪੜ੍ਹਾਈ 'ਚ ਵੀ ਬਹੁਤ ਚੰਗੇ ਸੀ, ਤੇ ਉਹ ਨਾ ਆਪਣੀ ਚਾਰਪਾਈ ਜੀ ਹੁੰਦੀ ਸੀ, ਮਦਰ ਤੇ ਉਹਨਾਂ ਦੀ ਪੈਦਾ ਹੁੰਦੀ 5 ਮਹੀਨੇ ਦੀ ਸੀ, 6 ਮੰਥ ਦੀ ਸੀ, ਉਹਨਾਂ ਦੀ ਡੈਥ ਹੋ ਗਈ ਸੀ ਮਦਰ ਦੀ, ਤੇ ਉਹ ਮਿਊਜ਼ਿਕ ਤੋਂ ਉਸ ਤੋਂ
ਸਟਾਰਟ ਹੋਏ ਕਹਿੰਦੇ ਮੈਂ ਵਜਾਉਂਦਾ ਰਹਿੰਦਾ ਸੀ ਵਜਾਉਂਦਾ ਰਹਿੰਦਾ ਸੀ ਪਰ ਜਦ ਮੈਂ ਵਜਾਉਂਦਾ ਸੀ ਉਸ ਜ਼ਮਾਨੇ 'ਚ ਮੈਨੂੰ ਕੋਈ ਟੋਕਦਾ ਨਹੀਂ ਸੀ ਅੱਛਾ ਜੀ ਕਿ ਉਸ ਜ਼ਮਾਨੇ 'ਚ ਕਿਉਂਕਿ ਮਿਊਜ਼ਿਕ ਨੂੰ ਇੰਨਾ ਵਧੀਆ ਪ੍ਰੋਫੈਸ਼ਨ ਨਹੀਂ ਮੰਨਿਆ ਜਾਂਦਾ ਸੀ ਉਹ ਕਹਿੰਦੇ ਸੀ ਪਰ ਮੈਨੂੰ ਲੋਕ ਸੁਣਨ ਆਉਣ ਲੱਗ ਪਏ ਫਿਰ ਜਿਵੇਂ ਉਹ ਸਕੂਲ 'ਚ ਗਏ ਸਕੂਲ 'ਚ ਵੀ ਉਹਨਾਂ ਨੂੰ ਕਾਫੀ ਪ੍ਰਮੋਟ ਕੀਤਾ ਜਾਂਦਾ ਸੀ ਜਿਵੇਂ ਸਟੇਜ ਪਲੇਅਰਸ ਹੁੰਦੇ ਸੀ ਉਹਨਾਂ ਜ਼ਮਾਨਾ 'ਚ ਭਗਤ ਸਿੰਘ ਤੇ ਜਾ ਕੇ ਆਪਣੇ ਜਿਹੜੇ ਉਹ ਜਿਹੜੇ ਫਰੀਡਮ ਫਾਈਟਰਸ ਹੁੰਦੇ ਸੀ ਜਿਹੜੇ ਐਕਟਿਵ ਹੁੰਦੇ ਸੀ ਉਹਨਾਂ ਨੂੰ ਪ੍ਰਮੋਟ ਕਰਨਾ ਆਉਂਦਾ ਸੀ ਫਰੀਡਮ ਫਾਈਟਰਸ ਉਸ ਟਾਈਮ ਤੇ ਇਸ ਲਈ ਨਹੀਂ ਮੰਨੇ ਜਾਂਦੇ ਸੀ ਕਿਉਂਕਿ ਜਿਸ ਟਾਈਮ ਉਹ ਪੈਦਾ ਹੋਏ ਸੀ ਹਲੇ ਫਰੀਡਮ ਦੀ ਗੱਲ ਹੋਈ ਵੀ ਨਹੀਂ ਸੀ ਪਰ ਉਸ ਜ਼ਮਾਨੇ ਤੇ ਇੱਕ ਲਹਿਰ ਸੀ ਕਿ ਜਿਵੇਂ ਕਿ ਪੁਰਾਣੇ ਲੋਕਾਂ ਨੂੰ ਮਤਲਬ ਮੋਟੀਵੇਟ ਕਰਨਾ ਜਿਵੇਂ ਹੁੰਦਾ ਨਾ ਪਰਚਾਵਾ ਕਰਨਾ ਹੁੰਦਾ ਪ੍ਰਮੋਸ਼ਨ ਕਰਨੀ ਹੁੰਦੀ ਹੈ ਪਰ ਫਰੀਡਮ ਫਾਈਟ ਮੇਲੇ ਸਟਾਰਟ ਨਹੀਂ ਹੋਈ ਸੀ ਤੇ ਉਸ ਮਤਲਬ ਭਗਤ ਸਿੰਘ ਦੇ ਐਗਜ਼ਾਮਪਲ ਦੇ ਕੇ ਮੈਂ ਤਾਂ ਮਤਲਬ ਉਸ ਹਿਸਾਬ ਦਾ ਕਰਦੇ ਸੀ ਉਹ ਤੇ ਫਿਰ ਉਹ ਉੱਥੋਂ ਉਹਨਾਂ ਨੂੰ ਥੋੜੀ ਲੋਕਾਂ ਨੇ ਸਟੇਜ ਤੇ ਟੈਂਟਸ ਤੇ ਸ਼ੋਅਸ ਤੇ ਬੁਲਾਉਣਾ ਸ਼ੁਰੂ ਕੀਤਾ ਪਰ ਉਹਨਾਂ ਦੇ ਫਾਦਰ ਨੇ ਕਦੀ ਵੀ ਉਹਨਾਂ ਨੂੰ ਰੋਕਿਆ ਨਹੀਂ ਫਿਰ ਜਦੋਂ ਕਾਲਜ 'ਚ ਗਏ ਕਾਲਜ ਜਦੋਂ ਗਏ ਤੇ ਉਹਦੇ ਟਾਈਮ ਉਹਨਾਂ ਨੂੰ ਜ਼ਿਆਦਾ ਮਿਲੇ ਉਹਨਾਂ ਦੇ ਇੱਕ ਪ੍ਰੋਫੈਸਰ ਸੀ ਸਾਡਾ ਵੈਸੇ ਖਾਨਦਾਨੀ ਨਾਂ ਖੇਰ ਹੈ ਲਾਸਟ ਪਰ ਤੇ ਉਹਨਾਂ ਦੇ ਪ੍ਰੋਫੈਸਰ ਨੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਉਹਨਾਂ ਨੇ ਕਿਹਾ ਕਿ ਆ ਜਾ ਮੈਡਮ ਨੂਰ ਜਹਾਂ ਦੇ ਉਹ ਬਹੁਤ ਵੱਡੇ ਫੈਨ ਸੀ ਤੇ ਮੈਡਮ ਨੂਰ ਜਹਾਂ ਦੇ ਉਹ ਗਾਦਰ ਗਾਣੇ ਹੁੰਦੇ ਸੀ ਉਹ ਕਹਿੰਦੇ ਸੀ ਕਿ ਉਸ ਟਾਈਮ ਕਾਲਜ 'ਚ ਮੈਡਮ ਨੂਰ ਜਹਾਂ ਆਏ ਸੀ ਤੇ ਉਹਨਾਂ ਤੋਂ ਸੀਨੀਅਰ ਸੀ ਉਹ ਤੇ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਤੂੰ ਗਾਏਗਾ ਤੇ ਉਹਨਾਂ ਨੇ ਕਿਹਾ ਠੀਕ ਹੈ ਜਦ ਉਹਨਾਂ ਨੇ ਗਾਣਾ ਗਾਤਾ ਪਰਫੋਰਮ ਕੀਤਾ ਉਸ ਦਿਨ ਉਹਨਾਂ ਦਾ ਨਾਂ ਇਹ ਕੋਈ ਗੱਲ ਦੱਸ ਰਹੀ ਹਾਂ ਮੈਂ ਤੁਹਾਨੂੰ 19 ਮੈਨੂੰ ਯਾਦ ਹੈ ਮੈਂ ਕਿਉਂਕਿ ਡੈਡੀ 'ਚ ਲਿਖੀ ਹੋਈ ਸੀ ਇਹ ਗੱਲ 1947 'ਚ ਸਭ ਸਟਾਰਟ ਹੋਇਆ 1945 ਦੀ ਗੱਲ ਹੈ ਵਾਹ ਜੀ ਵਾਹ ਵਾਹ ਜੀ ਵਾਹ 1945 ਵਿੱਚ ਉਹਨਾਂ ਨੂੰ 20 ਸਾਲ ਦੇ ਸੀਗੇ 20 ਸਾਲ ਦੇ ਵੀ ਨਹੀਂ ਸੀਗੇ ਉਦੋਂ ਹਾਂ 20 ਸਾਲ ਦੇ ਵੀ ਨਹੀਂ ਸੀ ਉਸ ਟਾਈਮ ਨਹੀਂ 20 ਦੇ ਹੋ ਚੁੱਕੇ ਸੀ ਕਾਲਜ ਲਾਸਟ ਸੀ ਹਾਂ 20 ਦੇ ਤਾਂ ਹੋ ਚੁੱਕੇ ਸੀ ਤੇ ਮੈਡਮ ਨੂਰ ਜਹਾਂ ਸਟੇਜ ਤੇ ਆ ਕੇ ਉਹਨਾਂ ਨੂੰ ਅਵਾਰਡ ਦਿੱਤਾ ਔਰ ਉਸ ਦਿਨ ਉਹਨਾਂ ਦਾ ਨਾਂ ਉਹਨਾਂ ਨੇ ਕਿਹਾ ਯਾਰ ਤੂੰ ਤੇ ਰੌਣਕਾਂ ਲਾਤੀ ਹੈ ਮਸਤਾਨਾ ਹੀ ਮਸਤਾਨੇ ਕੰਮ ਤੇ ਉਸ ਟਾਈਮ ਤੇ ਉਹਨਾਂ ਦੇ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੇ ਕਿਹਾ ਯਾਰ ਤੂੰ ਆਪਣੇ ਮਾਂ ਦੇ ਅੱਗੇ ਮਸਤਾਨਾ ਹੀ ਲਾ ਲੈ ਉੱਥੋਂ ਫਿਰ ਉਹਨਾਂ ਦਾ ਜਰਨੀ ਜਿਹੜੀ ਸਟਾਰਟ ਹੋਈ ਫਿਰ ਪਾਰਟੀਸ਼ਨ ਹੋਇਆ ਫਿਰ ਰੈਕਗਨੀਸ਼ਨ ਤੇ ਆਪਣੇ ਉਹਨਾਂ ਨੇ ਡਿਗਰੀ ਪੂਰੀ ਕੀਤੀ ਆਪਣੀ ਬੀਏ ਪੂਰੀ ਕੀਤੀ ਵੈਰੀ ਵੈਲ ਕੁਆਲੀਫਾਈਡ ਪਰਸਨ ਵੈਰੀ ਵੈਲ ਨੋਨ ਪਰਸਨ ਐਂਡ ਫਿਰ ਉੱਥੋਂ ਹੀ ਬਾਕੀ ਸਾਰਿਆਂ ਨੂੰ ਤਾਂ ਪਤਾ ਹੈ ਆਏ ਫਿਰ ਬੈਂਕ ਜੋਬ ਕੀਤੀ ਫਿਰ ਫੈਮਿਲੀ ਨੂੰ ਦੇਖਿਆ ਸਟਰਗਲ ਤੇ ਸੀ ਪਰ ਅੱਛਾ ਇੱਕ ਜੇ ਹੁਣ ਨਾਮ ਦੀ ਗੱਲ ਚੱਲੀ ਹੈ ਤੇ ਨਾਮ ਜੇ ਇਹਨਾਂ ਦਾ ਮੈਂ ਪਹਿਲਾ ਨਾਮ ਵੀ ਦੇਖੀਏ ਆਪਾਂ ਤਾਂ ਉਹ 3 ਅੱਖਰਾਂ ਦਾ ਹੀ ਅੰਗਰੇਜ਼ੀ ਸੀ ਬਿਲਕੁਲ ਵੱਖਰਾ ਆਸਾ ਸਿੰਘ ਹਾਂਜੀ ਆਸਾ ਸਿੰਘ ਹਾਂਜੀ ਉਹਨਾਂ ਦੀ ਡਿਗਰੀ ਤੇ ਵੀ ਲਿਖਿਆ ਹੋਇਆ ਆਸਾ ਸਿੰਘ ਖੇਰ ਲਿਖਿਆ ਹੋਇਆ ਹਾਂਜੀ ਅੱਛਾ ਜੀ ਅੱਛਾ ਤੇ ਫਿਰ ਜਿਹੜੇ ਲਾਸਟ ਉਹਨਾਂ ਦਾ ਕੋਈ ਜਿਹੜੀ ਕੋਈ ਗੀਤ ਵਗੈਰਾ ਜਾਂ ਕੁਛ ਐਲਬਮ ਗਾਉਂਦੀ ਹੋਏਗੀ ਉਦੋਂ ਤੇ ਕਿਹੜੀ ਸੀਗੀ ਉਹਨਾਂ ਦੀ ਲਾਸਟ ਐਕਚੁਅਲੀ ਜਿਹੜੀ ਐਲਬਮ ਆਈ ਸੀ ਉਹ ਸੀ HMV ਦੇ ਨਾਲ ਸੀ ਗਲੋਰੀਅਸ 50 ਇਅਰਸ ਆਫ ਆਸਾ ਸਿੰਘ ਮਸਤਾਨਾ ਅੱਛਾ ਜੀ ਉਹਦੇ 'ਚ ਉਹਨਾਂ ਨੇ ਕਾਫੀ ਉਹਨਾਂ ਦੇ ਜਿਹੜੇ ਅਨਹਰਡ ਸੌਂਗ ਸੀ ਜਿਹੜੇ ਕਿ ਹੁਣ ਮੈਂ ਕਾਫੀ ਕੋਸ਼ਿਸ਼ ਕਰ ਰਹੀ ਹਾਂ ਉਹਨਾਂ ਨੂੰ ਪ੍ਰਮੋਟ ਕਰਨ ਦੇ ਕਿਉਂਕਿ ਜਿਹੜੇ ਮਿਊਜ਼ੀਸ਼ੀਅਨਸ ਨੇ ਉਹਨਾਂ ਨਾਲ ਕੰਮ ਕੀਤਾ ਉਹਨਾਂ ਨੇ ਕਾਫੀ ਦਿੱਤਾ ਉਹਨਾਂ ਦੇ ਇੱਕ ਵੈਰੀ ਅਨਹਰਡ ਸੌਂਗ ਸੀ ਕਿਉਂਕਿ ਅਰਥੀ ਤੇ ਕਾਫੀ ਲੋਕ ਸੁਣਦੇ ਨੇ ਕਾਲੀ ਤੇਰੀ ਗੁੱਟ ਇੱਕ ਬ੍ਰਾਂਡ ਹੀ ਬਣ ਗਿਆ ਆ ਕੇ ਦੁਨੀਆ 'ਚ ਜਾਣ ਨੂੰ ਦਰਦਾ ਹੈ ਆਦਮੀ ਕਾਫੀ ਉਹ ਸੌਂਗ ਸੀ ਜਿਹੜਾ ਅਨਹਰਡ ਸੌਂਗ ਨੇ ਉਹ ਉਹਨਾਂ ਦੀ ਲਾਸਟ ਐਲਬਮ ਸੀ ਕਾਫੀ ਉਹਨਾਂ ਦੇ ਲਿਖੇ ਗੀਤ ਨੇ ਜਿਹੜੇ ਉਹ ਨਹੀਂ ਅਕੰਪਲਿਸ਼ ਕਰ ਪਾਏ ਇੱਕ ਉਹਨਾਂ ਦਾ ਖਾਸ ਗੀਤ ਸੀ ਜਿਹੜਾ ਉਹਨਾਂ ਨੇ ਲੰਡਨ ਸਟੇਜ ਲਈ ਲਿਖਿਆ ਸੀ ਉਹ ਐਕਚੁਅਲੀ ਲਿਖਿਆ ਉਰਦੂ 'ਚ ਹੈ ਤੇ ਮੈਂ ਕੋਈ ਲੱਭਦੀ ਪਈ ਹਾਂ ਟ੍ਰਾਂਸਲੇਟਰ ਉਹ ਗੀਤ ਅੱਜ ਵੀ ਮੇਰੇ ਕੋਲ ਹੈ ਜੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਹਦੇ ਨਾਲ ਕੋਈ ਜਸਟਿਸ ਕਰ ਸਕਾਂ ਜਲਦੀ ਬਿਲਕੁਲ ਜੀ ਬਿਲਕੁਲ ਅਤੇ ਜਿੱਦਾਂ ਹੁਣ ਅਸੀਂ ਗੱਲ ਕਰੀਏ ਕਿ ਆਸਾ ਸਿੰਘ ਮਸਤਾਨਾ ਜੀ ਤੋਂ ਬਾਅਦ ਕਿਸੇ ਨੇ ਉਹਨਾਂ ਦੇ ਜਿਹੜੀ ਪਰੰਪਰਾ ਨੂੰ ਅੱਗੇ ਨਹੀਂ ਤੋਰਨ ਦੀ ਕੋਸ਼ਿਸ਼ ਕੀਤੀ ਖਾਸ ਤੌਰ 'ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਤੁਹਾਨੂੰ ਵੀ ਸ਼ੌਕ ਤਾਂ ਹੋਏਗਾ ਜੀ ਤੁਸੀਂ ਵੀ ਜ਼ਰੂਰ ਕਲਾ ਤਾਂ ਹੋਏਗੀ ਤੁਹਾਡੇ ਅੰਦਰ ਵੀ ਐਸਾ ਹੈ ਕਿ ਤੁਹਾਡਾ ਸਵਾਲ ਬਹੁਤ ਵਧੀਆ ਐਂਡ ਇਹਦੇ 'ਚ ਹਾਈਲਾਈਟਿੰਗ ਇਹ ਹੈ ਕਿ ਦੇਖੋ ਮੈਂ ਉਹਨਾਂ ਤੋਂ ਸਿੱਖੀ ਹਾਂ ਉਹਨਾਂ ਦਾ ਮਕਸਦ ਤਾਂ ਇਹ ਸੀ ਕਿ ਮੈਂ ਗਾਵਾਂ ਵੈਸੇ ਮੇਰੇ ਫਾਦਰ ਸਾਹਿਬ ਦੀ ਆਵਾਜ਼ ਬਹੁਤ ਚੰਗੀ ਸੀ ਪਰ ਮੇਰੇ ਫਾਦਰ ਸਾਹਿਬ ਬਿਜ਼ਨਸ ਵੱਲ ਚੱਲ ਗਏ ਸੀ ਐਂਡ ਉਹ ਫਿਰ ਓਬਵੀਅਸਲੀ ਉਹਨਾਂ ਨੇ ਜ਼ਿਆਦਾ ਨਹੀਂ ਲਿੱਤਾ ਜਦ ਉਹਨਾਂ ਨੂੰ ਪਹਿਲੀ ਵਾਰੀ ਤੁਹਾਡੇ ਫਾਦਰ ਸਾਹਿਬ ਨੇ ਕੁਛ ਵੀ ਨਹੀਂ ਬਿਲਕੁਲ ਕੋਈ ਕੀਤਾ ਇੱਕ ਅੱਧਾ ਸੌਂਗ ਜਾਂ ਕੁਛ ਨਹੀਂ ਉਹ ਇਸ ਕਰਕੇ ਨਹੀਂ ਕੀਤਾ ਸੀ ਕਿਉਂਕਿ ਜਦ ਪਾਪਾ ਨੇ ਕਦੀ ਇਹ ਨਹੀਂ ਇੰਟਰਸਟ ਸ਼ੋਅ ਕੀਤਾ ਸੀ ਕਿ ਮੈਂ ਪ੍ਰੋਫੈਸ਼ਨਲੀ ਜਾਣਾ ਚਾਹੁੰਦਾ ਬਹੁਤ ਸੋਹਣੀ ਆਵਾਜ਼ ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਗੁਲਾਮ ਅਲੀ ਸਾਹਿਬ ਦੀ ਗਜ਼ਲਾਂ ਗਾਉਂਦੇ ਹੁੰਦੇ ਸੀ ਮੇਰੇ ਫਾਦਰ
और बहुत नाइस, और कोई उन्होंने रियाज नहीं किया होया सी, मैं तो चलो ट्रेन हाँ और कुछ नहीं, मतलब मेरे को उन्हों का एक वीडियो रिकॉर्डिंग है और मैं कभी कभी सुननी है मेरे रोंगटे खड़े हो जाते हैं। जी एंड फिर असी एंड सी के जिस टाइम इन्होंने लंदन जाना सी, प्रैक्टिस तो यही हो रही थी कि मैं नाल स्टेज पे को सिंगिंग करांगी अच्छा बैकग्राउंड, वाह जी वाह पर होया कि एक्सीडेंट हो गया। मैं उस टाइम जब डैडी गए ने, जा नहीं मैं सके। ऑलमोस्ट हाँ फर्स्ट ईयर कॉलेज सी, जी ਤੇ ਉਹਨਾਂ ਨੇ ਵੈਸੇ ਉਹ ਬਹੁਤਾ ਮੈਨੂੰ ਇਨਕਰੇਜ ਨਹੀਂ ਕਰਦੇ ਸੀ, ਉਹ ਕਹਿੰਦੇ ਸੀ ਬਹੁਤ ਜ਼ਿਆਦਾ ਟਫ ਇੰਡਸਟਰੀ ਹੈ, ਜੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ, ਜੀ ਠੀਕ ਹੈ, ਪਰ ਉਹਨਾਂ ਨੂੰ ਇਹ ਫੇਥ ਸੀ ਕਿ ਮੈਂ ਸ਼ਾਇਦ ਇਸ ਕੁੜੀ ਲਈ ਕੁਝ ਕਰ ਜਾਵਾਂ ਨਾ। ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਅਫਸੋਸ ਦੀ ਗੱਲ ਤੇ ਨਹੀਂ ਕਹਾਂਗੀ ਮੈਂ, ਕਿਉਂਕਿ ਹੁਣ ਮੇਰਾ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ ਕਿ ਜੇ ਮੈਂ ਕੁਝ ਕਰਨਾ ਚਾਹਾਂ ਤੇ ਮੈਂ ਖੁਦ ਨਹੀਂ, ਲਾਂਚ ਕਰ ਸੋਸ਼ਲ ਸਕਦੀ ਹਾਂ। ਮੀਡੀਆ ਤੋਂ ਇਲਾਵਾ ਅਸੀਂ ਤੁਹਾਡੇ ਨਾਲ ਆ ਜੀ, ਬਾਕੀ ਮੀਡੀਆ ਵੀ ਤੁਹਾਡੇ ਨਾਲ ਹੈ, ਤੁਸੀਂ ਕੁਝ ਕਰੋ। ਤੇ ਮੈਂ ਚਾਹਾਂਗਾ ਜੀ ਅਖੀਰ ਦੇ ਵਿੱਚ ਕੋਈ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਬਰਸੀ ਨੂੰ ਜੇ 2 ਲਾਈਨਾਂ ਕੋਈ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਲਓ ਉਹਨਾਂ ਦੀਆਂ ਤਾਂ ਬੜੀ ਚੰਗੀ ਗੱਲ ਆ, ਤੇ ਜੇ ਤਬੀਅਤ ਠੀਕ ਨਹੀਂ ਹੈ ਤਾਂ ਫਿਰ ਕੋਈ ਗੱਲ ਨਹੀਂ। ਤੁਹਾਨੂੰ ਪਤਾ ਹੀ ਹੈ ਮੇਰਾ ਹਾਲ ਇਸ ਵਕਤ ਕੀ ਚੱਲ ਹਾਂ ਜੀ ਹਾਂ ਜੀ ਰਿਹਾ ਮੈਨੂੰ ਪਤਾ ਬਹੁਤ ਚੰਗੀ ਤਰ੍ਹਾਂ, ਔਰ ਇਹੋ ਜਿਹੇ ਹਾਲਾਤਾਂ 'ਚ ਤਾਂ ਤੁਸੀਂ ਗੱਲ ਕਰ ਰਹੇ ਹੋ, ਇਹੀ ਬਹੁਤ ਹੈ ਜਿਹੜੇ ਤੁਹਾਡੇ ਮਤਲਬ ਦੰਦ ਦੀ ਜਾਂ ਦਾੜ ਦੀ ਪੇਨ ਸਭ ਤੋਂ ਔਖੀ ਹੁੰਦੀ ਆ, ਇਹ ਸਭ ਨੇ ਝੱਲੀ ਹੋਏਗੀ। ਅਤੇ ਜੇ ਚਲੋ ਪਰ ਮੈਂ ਜ਼ਰੂਰ ਕੋਸ਼ਿਸ਼ ਕਰ ਰਹੀ ਹਾਂ ਜੀ ਕਿ ਇਸ ਵਾਰ ਚਲੋ ਮੈਂ ਕਿਸੇ ਨਾਲ ਵਾਰਤਾਲਾਪ ਕੀਤੀ ਹੈ ਕਿ ਸ਼ਾਇਦ ਉਹਨਾਂ ਦੇ ਆਉਣ ਵਾਲੇ ਜਨਮ ਦਿਨ ਤੇ ਸ਼ਾਇਦ ਤੁਹਾਨੂੰ ਕੁਝ ਸੁਣਨ ਨੂੰ ਮਿਲ ਜੀ, ਜਾਏਗਾ ਚਲੋ ਮੇਰੇ ਕੋਲ। ਅਗਸਤ ਦੇ ਵਿੱਚ ਆ ਗਿਆ ਜੀ, ਅਗਸਤ ਦੇ ਵਿੱਚ 22 ਅਗਸਤ ਨੂੰ ਅਸੀਂ ਫਿਰ ਤੁਹਾਨੂੰ ਅਸੀਂ ਸਟੂਡੀਓ 'ਚ ਬੁਲਾਵਾਂਗੇ ਉਦੋਂ ਬਕਾਇਦਾ। ਬਾਈ ਡੈਫੀਨੇਟਲੀ ਜੀ, ਅਗਸਤ ਨੂੰ ਸਟੂਡੀਓ 'ਚ ਤੁਸੀਂ ਆਓਗੇ ਤਾਂ ਫਿਰ ਆਪਾਂ ਇੱਥੇ ਬੈਠ ਕੇ ਮਹਿਫਲ ਲਾਵਾਂਗੇ ਜਨਮ ਦਿਨ ਦੀ ਉਹਨਾਂ ਦੇ। ਬਿਲਕੁਲ ਜੀ, ਜੀ ਬਿਲਕੁਲ, ਤੁਹਾਡਾ ਬਹੁਤ ਧੰਨਵਾਦ ਜੀ, ਗੁਰਨਿਮਰਤ ਜੀ। ਨਹੀਂ ਜੀ, ਤੁਹਾਡਾ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਹਰ ਸਾਲ ਉਹਨਾਂ ਤੇ ਸ਼ੋਅ ਸਮਰਪਿਤ ਕਰਦੇ ਹੋ, ਬਿਲਕੁਲ ਮੈਨੂੰ ਬਹੁਤ ਚੰਗਾ ਲੱਗਦਾ ਹੈ, ਔਰ ਦਰਦ ਤੇ ਕੁਛ ਵੀ ਨਹੀਂ, ਮੈਂ ਤਾਂ ਉਹਨਾਂ ਲਈ ਸਾਰਾ ਦਿਨ ਗੱਲ ਕਰ ਸਕਦੀ ਹਾਂ। ਜੀ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰਾ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ, ਐਂਡ ਬਹੁਤ ਉਹਨਾਂ ਨੂੰ ਮਿਹਰਬਾਨੀ, ਸੁਣਦੇ ਰਹੋ। ਬਹੁਤ ਮਿਹਰਬਾਨੀ, ਅਸੀਂ ਘੰਟੇ ਦਾ ਰੱਖਾਂਗੇ ਜੀ ਪ੍ਰੋਗਰਾਮ ਅਗਲਾ, ਜ਼ਰੂਰ ਪੂਰਾ। ਬਿਲਕੁਲ ਜੀ, ਮਿਹਰਬਾਨੀ ਬਿਲਕੁਲ ਜੀ, ਮਿਹਰਬਾਨੀ ਤੁਹਾਡੀ ਬਹੁਤ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਗੁਰਨਿਮਰਤ ਜੀ ਸਾਡੇ ਨਾਲ ਜੁੜੇ ਹੋਏ ਸੀਗੇ, ਅਤੇ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ, ਤੁਹਾਡੀਆਂ ਕਾਲਾਂ ਕਾਫੀ ਆਈਆਂ ਸੀਗੀਆਂ, ਕਾਲਾਂ ਜਿਹੜੀਆਂ ਕਾਫੀ ਜ਼ਿਆਦਾ ਆਈਆਂ ਸੀ, ਅਤੇ ਪਰ ਮੈਂ ਹੋਲਡ ਨਹੀਂ ਕਰ ਸਕਿਆ ਉਹਦਾ ਕਰਕੇ, ਕੋਈ ਗੱਲ ਚੱਲਦੀ ਸੀ ਵਿੱਚ। ਹੁਣ ਤੁਸੀਂ ਕਾਲ ਕਰ ਸਕਦੇ ਹੋ, ਫਟਾਫਟ ਬ੍ਰੇਕ ਤੋਂ ਬਾਅਦ ਆਪਾਂ ਕਾਲਾਂ ਵਾਲੇ ਪਾਸੇ ਜਾਣਾ, ਅਤੇ ਫਟਾਫਟ ਤੁਹਾਡੇ ਵਿਚਾਰ ਸੁਣਨੇ ਆ। ਨਾਲ ਨਾਲ ਵਿੱਚ ਵਿੱਚ ਸਮਾਂ ਬਚਿਆ ਤਾਂ ਜ਼ਰੂਰ ਅਸੀਂ ਆਸਾ ਸਿੰਘ ਮਸਤਾਨੀ ਦੇ ਗੀਤ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਦੇਖਦੇ ਰਹੋ ਜਸ ਪੰਜਾਬੀ। ਹਾਂ ਜਾਣਾ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਬ੍ਰੇਕ ਤੋਂ ਪਹਿਲਾਂ ਬੜਾ ਵਧੀਆ, ਮੇਰੇ ਖਿਆਲ ਵਧੀਆ ਲੱਗਿਆ ਹੋਊ ਸਾਡੇ ਦਰਸ਼ਕਾਂ ਨੂੰ ਗੱਲਬਾਤ ਜਿਹੜੀ ਹੈਗੀ ਆ, ਗੁਰਨਿਮਰਤ ਕੌਰ ਜਿਹੜੇ ਮਸਤਾਨਾ, ਮਸਤਾਨਾ ਤੋਂ ਖਲਸ ਇਹਨਾਂ ਨੇ ਵੀ ਰੱਖਿਆ ਹੋਇਆ, ਆਸਾ ਸਿੰਘ ਮਸਤਾਨਾ ਜੀ ਦੀ ਪੋਤੀ। ਸੋ ਹੁਣ ਆਪਾਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜੀ, ਨਾਲ ਨਾਲ ਕੋਈ ਵੀ ਗੱਲ ਕਰਨੀ ਚਾਹੋ ਕਿਸੇ ਵੀ ਤਰ੍ਹਾਂ ਦੀ ਆਪਾਂ ਕਰ ਸਕਦੇ ਹੁੰਦੇ, ਅੱਜ ਦਾ ਦਿਨ ਰਾਖਵਾਂ ਹੁੰਦਾ ਸਾਡੇ ਕੋਲ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ, ਕੋਈ ਵੀ ਸੁਣਨਾ ਸੁਣਾਉਣਾ, ਕੋਈ ਸ਼ਾਇਰੀ, ਕੋਈ ਤੁਹਾਡੇ ਅੰਦਰ ਕਲਾ ਛੁਪੀ ਹੋਈ ਜਿਹੜੀ ਹੈ, ਉਹਦਾ ਵੀ ਸਾਡਾ ਮਕਸਦ ਇਹ ਹੁੰਦਾ ਵੀ ਅੱਜ ਦੇ ਦਿਨ ਬਾਹਰ ਕੱਢੀਏ, ਕੋਈ ਲਿਖਣ ਲਿਖਣ ਦਾ ਸ਼ੌਕ ਹੁੰਦਾ, ਉਹ ਵੀ ਸਾਡੇ ਨਾਲ ਹਰ ਗੱਲ ਸਾਂਝੀ ਕਰ ਸਕਦੇ ਹੋ। ਕਾਲਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਆਉਂਦੇ ਰਹੋ ਜੀ ਖੁਰਾਣਾ ਸਾਹਿਬ। ਹਾਂ ਜੀ, ਥੈਂਕ ਯੂ ਜੱਗੀ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਬਹੁਤ ਪਹਿਲੇ ਤਾਂ ਮੈਂ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਧੰਨਵਾਦ ਕਰਾਂਗਾ ਕਿ ਜਿਹੜੀ ਤੁਸੀਂ ਮਸਤਾਨਾ ਸਿੰਘ ਜੀ ਦੀ ਜੀ ਮਸਤਾਨਾ ਜੀ ਦੀ ਪੋਤੀ ਨੂੰ ਲੈ ਕੇ ਆਏ, ਜਿਹੜਾ ਤੁਸੀਂ ਆਪਣਾ ਵਾਅਦਾ ਨਿਭਾਇਆ ਜੀ 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 ਬਹੁਤ, ਤੇ ਆਪਣਾ ਮੈਂ ਉਮੀਦ ਕਰਦਾ ਕਿ ਉਹ ਦੁਬਾਰਾ ਜਿਹੜੇ ਉਹ ਅਗਸਤ 'ਚ ਤੁਸੀਂ ਕੀਤਾ ਉਹ ਘੰਟੇ ਦਾ ਪ੍ਰੋਗਰਾਮ ਕਰਕੇ ਵੀ ਰੂਬਰੂ ਕਰੋਗੇ। ਅਸੀਂ ਸਟੂਡੀਓ ਬੁਲਾਵਾਂਗੇ ਜੀ, ਔਰ ਨਾਲ ਸਾਜੀ ਵਗੈਰਾ ਲਾ ਕੇ ਪੂਰਾ ਰੱਖਾਂਗੇ ਰੌਣਕ ਮੇਲਾ ਪੂਰਾ। ਅੱਛਾ, ਮੈਂ ਮਸਤਾਨਾ ਜੀ ਯਾਦ ਨੂੰ ਇਹ ਕਰਾਂਗਾ ਕਿ ਮੈਂ ਕਿਉਂਕਿ ਉਹ ਵੀ ਦਿੱਲੀ ਤੋਂ ਸਨ ਤੇ ਮੈਂ ਵੀ ਦਿੱਲੀ ਤੋਂ ਸਾਂ। ਹਾਂਜੀ, ਤੇ ਉਹਨਾਂ ਨੂੰ ਮੈਨੂੰ ਰੂਬਰੂ ਤੇ ਸੁਰਿੰਦਰ ਕੌਰ ਜੀ ਦੇ ਨਾਲ ਨਾ ਮੇਰੇ ਬੜੇ ਕਲੋਜ਼ ਰਿਲੇਟਿਵ ਸਨ। ਅੱਛਾ ਜੀ, ਮੇਰੀ ਉਮਰ ਉਦੋਂ 20 ਸਾਲ ਸੀ, ਮੇਰਾ 45 ਦਾ ਤੇ ਬਰਥਡੇ ਜਦੋਂ ਕਹਿ ਕੇ ਗਈ ਹੈ ਨਾ ਬੇਟੀ ਕਿ ਉਹਨਾਂ ਨੂੰ 45 ਚ ਇਨਾਮ ਮਿਲਿਆ ਤੇ ਮੇਰਾ ਤੇ 45 ਦਾ ਬਰਥਡੇ, ਤੇ ਮੈਂ ਉਦੋਂ ਅੰਡਰ 20 ਸੀ ਤੇ ਉਹਨਾਂ ਦੇ ਰੂਬਰੂ ਉਹ ਕੋਈ ਉਹ ਫੰਕਸ਼ਨ ਜਦੋਂ ਕਰਦੇ ਸਨ ਸੁਰਿੰਦਰ ਕੌਰ ਜੀ ਤੇ ਉਸਤਾਰਾ ਜੀ ਨੂੰ ਬੁਲਾਉਂਦੇ ਹੁੰਦੇ ਸਨ। ਹਾਂਜੀ ਹਾਂਜੀ, ਤੇ ਮੇਰੀ ਬੜੀ ਇੱਛਾ ਹੁੰਦੀ ਸੀ ਕਿ ਮੈਂ ਉਸ ਫੰਕਸ਼ਨ 'ਚ ਜ਼ਰੂਰ ਜਾਵਾਂ, ਬੜੀ 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 ਰੌਣਕ ਲਾਉਂਦੇ। ਮੈਂ 3-4 ਵਾਰੀ ਗਿਆ ਤੇ ਫਿਰ ਤੇ ਰੋਜ਼ੀ ਰੋਟੀ ਦੇ ਚੱਕਰ 'ਚ ਗੁਆਚ ਗਿਆ ਜੀ। ਤੇ ਦਿੱਲੀ ਦੇ ਇੱਕ ਹੋਰ ਹੋਏ ਨੇ ਇੰਦਰਜੀਤ ਸਿੰਘ ਜੀ ਤੁਲਸੀ, ਹਾਂਜੀ ਹਾਂਜੀ ਹਾਂਜੀ, ਉਹ ਵੀ ਰਾਜ ਕਵੀ, ਕਿ ਜੇ ਉਹਨਾਂ ਦੇ ਕੁਛ ਪਰਿਵਾਰ ਦੇ ਬੰਦੇ ਨੂੰ, ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਮੈਂ ਨੇੜੇ ਜਾਣਿਆ, ਤੇ ਉਹ ਕੋਈ ਉਹਨਾਂ ਦੇ ਕੋਈ ਢੂੰਡ ਕੇ ਲਿਆ ਕੇ, ਉਹਨਾਂ ਦਾ ਬੇਟਾ ਮੇਰਾ ਕਿਆ ਨਿਊਯਾਰਕ 'ਚ ਹੈਗਾ ਜੀ, ਤੇ ਉੱਥੋਂ ਕੋਈ ਢੂੰਡ ਕੇ ਲਿਆ ਸਕੋ, ਤੇ ਤੁਸੀਂ ਬੜਾ ਤੁਹਾਡਾ ਡੇਰਾ ਵਿਸ਼ਾਲ ਹੈ, ਤੇ ਵੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਔਰ ਜਲਦੀ ਬਾਕੀ ਮੈਂ ਖੁਰਾਣਾ ਸਾਹਿਬ ਬਹੁਤ ਮੈਂ
हाँ जी हाँ जी हाँ जी हाँ ते जेड़ा आज की कहते उन्हों का हैगा जन्मदिन मना रहे हैं अभी कि नाम मैं भुल गया मैं देखो हो गया वा सराबा साहब जेड़ा हाँ जी सराबा साहब अवतार सिंह सराबा सॉरी रियली वेरी सॉरी बहुत सराबा साहब देखो मैं उन्हें सलूट करना जेडे लोकी 16-17 साल की उम्र के जेडे उस वक्त अमेरिका आके नोट कमा के चक्कर च आए ते पर वो जिस जेडी उन्हों की कुरबानी की उस कुरबानी मैं सलूट करना क्योंकि असं जेडे है ना हाँ जी कुरबानी जेडे सोच हाँ सोच बहुत उन्हें सलूट करना क्योंकि जेडे असी जेडे है जेडे फ्रीडम फाइटर भी ना असी धर्म के नाँ से वंड रहे हैं जी बिल्कुल ते मैं अगली गल कह के खत्म करा शहीद भगत सिंह जी की भी वो फोटो मकबूल हुई साढ़े उस समाज में जेडी कि उन्होंने उस वक्त लाहौर तो भजन वे केस कतल करा रहे थे दिस इज अ वेरी सैड थिंग कितने असं जा रहे हैं मैं वंस अगेन थोड़ा धन्यवाद ये जोड़ा तुम अज का दिन सानू उन्होंने याद कराई तो साड़ी पोती लैके आहरबानी जी थैंक यू मेहरबानी बटालवी साहब शेखवार बटालवी साहब ने भी अभी याद कर रहे हैं हेलो सत श्रीकाल जी तुम आने रहो सरदार सुरेंद्र सिंह जी हाँ जी सरदार जगतार सिंह जग्गी जी की हाल चाल है जी बस वधिया जी वधिया वधिया मौसम ठीक है कैलीफोर्निया का अच्छा जी तुहाडे हाल तो मेरे ख्याल होर भी ठीक हुंदा जदों बे हाँ जी साडे हाल ठीक ही रहिंदा हाँ जी जिवें जिवें बे एरिया तुरी जाइए तो उत्थे तो मेरे ख्याल जुलाई दे विच भी ठंडी हुंदी है हाँ जी हुण भी अगवाज वेले 3-4 दिन बहुत ठंड रही पिछे कोटियां निकल गईयां सी जी ठीक है जी ठीक है हाँ जी हाँ ते की विचार ने जी तुहाडी कॉल काफी वेरी आई है पर मैं होर नहीं विचों कर सकया गल चलदी सी करके कोई नहीं हो गई कोई नहीं हाँ मैं हुण मेरी भी पिछे चलदी जी गल्ले ही चलदी मैं भी फिर टीवी शो लो ही रख्या आ हाँ जी ते बहुत सोहणा देख लो बंदे दीयां जादां जग्गी जी रह जांदियां बंदा जम्मदा जम जम के मर जांदा ਆਪਾਂ ਠੀਕ ਆ ਕਹਿੰਦੇ ਤਾਂ ਹੈ ਪਰ ਜੋ ਜਦੋਂ ਗੁਰਬਾਣੀ ਪੜ੍ਹਦੇ ਨਾ ਜੋ ਜਿੱਦਾਂ ਵੀ ਕਿਸੇ ਦੀ ਲਿਖੀ ਉੱਤੇ ਹੁੰਦੀ ਜੱਗੀ ਸਾਹਿਬ ਜੋ ਮਰਜ਼ੀ ਕਰ ਲਓ ਤੁਸੀਂ ਹੈ ਬਿਲਕੁਲ ਜੀ ਬਿਲਕੁਲ ਇਹ ਵੀ ਕਰਮਾਂ ਦੀ ਗੱਲ ਹੈ ਜੀ ਅਤੇ ਚੰਗੇ ਕਰਮਾਂ ਦੀ ਗੱਲ ਹੈ ਚੰਗਾ ਕੁਛ ਕੀਤਾ ਵੀ ਉਹਨਾਂ ਨੂੰ ਅਸੀਂ ਅੱਜ 20-22 ਸਾਲ ਬਾਅਦ ਵੀ 21 ਸਾਲ ਬਾਅਦ ਵੀ ਯਾਦ ਕਰ ਰਹੇ ਹਾਂ ਨਹੀਂ ਤਾਂ ਹੁਣ ਬਾਹਲੇ ਲੋਕ ਜਿਹੜੇ ਨੇ ਜ਼ਿਆਦਾਤਰ ਲੋਕ ਜਿਹੜੇ ਨੇ ਉਹਨਾਂ ਦੇ ਵਿਚਾਰਾਂ ਦੀਆਂ ਜ਼ਿਆਦਾ ਵੀ ਕੋਈ ਨਹੀਂ ਰਹਿੰਦੀ ਹੁੰਦੀਆਂ ਆਉਂਦੇ ਨੇ ਕੰਮ ਕਾਰ ਕਰਦੇ ਨੇ ਕੰਮ ਕਾਰ ਕਰਦੇ ਨੇ ਦਿਨ ਰਾਤ ਲੱਗੇ ਰਹਿੰਦੇ ਨੇ ਬਸ ਤੁਰ ਗਏ ਗੁੰਮਨਾਮ ਇਹ ਜਦੋਂ ਵੀ ਬੰਦਾ ਜਹਾਂ ਗੁਰਬਾਣੀ ਇਹੀ ਦੱਸਦੀ ਜਦੋਂ ਵੀ ਇਸ ਬੰਦਾ ਜਹਾਨ ਚੋਂ ਜਾਂਦੀਆਂ ਨੇਕੀਆਂ ਚੰਗਿਆਈਆਂ ਬੁਰਿਆਈਆਂ ਯਾਦ ਰਹਿੰਦੀਆਂ ਬਾਕੀ ਕੁਛ ਨਹੀਂ ਯਾਦ ਰਹਿੰਦਾ ਜੀ ਬਿਲਕੁਲ ਜੀ ਬਿਲਕੁਲ ਜਿਹੜੀਆਂ ਹੁਣ ਸਮਾਜ ਲਈ ਕੀਤੀਆਂ ਹੁੰਦੀਆਂ ਜਾਂ ਕੋਈ ਹੁਣ ਜਿੱਦਾਂ ਇਹ ਗਵੱਈਏ ਬਹੁਤ ਵਧੀਆ ਸੀਗੇ ਮਸ਼ਕਰੀ ਬੜੀ ਕਰਦੇ ਸੀ ਇਹ ਮੈਂ ਵੀ ਇੱਕ ਸਵਾਰੀ ਮਿਲਿਆ ਇਹਨਾਂ ਨੂੰ ਅੱਛਾ ਤੇ ਮਿੱਠੀ ਜੀ ਮਸ਼ਕਰੀ ਕਰਦੇ ਸੀ ਮੈਂ ਵੀ ਪੋਲੇ ਜਿਹਾ ਮੂੰਹ ਨਾ ਮੈਂ ਪੋਲੇ ਜੀ ਮੈਨੂੰ ਨਿੱਕੇ ਜਿਹੇ ਹੁੰਦੇ ਨੇ ਯਾਦ ਦੇਖ ਲਓ ਇਹ ਹਜੇ ਤੱਕ ਗੱਲ ਹਾਂ ਜੀ ਹਾਂ ਜੀ ਤੇ ਦੂਜਾ ਅੱਜ ਸਰਾਬੇ ਦੀ ਗੱਲ ਕਰਦੇ ਸੀ ਤੁਸੀਂ ਨਹੀਂ ਇਹਨਾਂ ਦਾ ਕੀ ਬਾਤ ਕੀ ਤੇ ਦੇਖੀ ਤੁਸੀਂ ਕਦੇ ਸੁਣਿਆ ਕਦੇ ਮਤਲਬ ਗੱਲ ਕਰਦੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਮਸਕਰੀ ਕਰਦੇ ਸੀ ਹਾਂਜੀ ਹਾਂਜੀ ਇੱਕ ਵਾਰੀ ਮੈਂ ਸਾਡੇ ਬਾਪੂ ਜੀ ਨਾਲ ਮਿਲਿਆ ਸੀ ਨਾ ਲੁਧਿਆਣੇ ਸੀ ਕੋਈ ਪ੍ਰੋਗਰਾਮ ਉੱਥੇ ਕਿਸੇ ਦੇ ਵਿਆਹ ਸੀਗਾ ਜੀ ਉੱਥੇ ਆਏ ਸੀਗੇ ਇਹ ਅੱਛਾ ਜੀ ਤੇ ਅੱਡੇ ਮੇਜ਼ ਤੇ ਬੈਠੇ ਰੋਟੀ ਖਾਂਦੇ ਸੀ ਤਾਂ ਉੱਥੇ ਫਿਰ ਪਾਪਾ ਜੀ ਨਾਲ ਗੱਲਾਂ ਕਰਨ ਲੱਗ ਪਏ ਤਾਂ ਫਿਰ ਉਹ ਗੱਲਾਂ ਕਰਦਿਆਂ ਵਿੱਚ ਹੀ ਇੱਦਾਂ ਚੱਲ ਪਈਆਂ ਗੱਲਾਂ ਜੀ ਮੇਲਾ ਨਾਲ ਚੱਲਦਾ ਜੀ ਹਾਂ ਜੀ ਹਾਂ ਜੀ ਮੇਰੇ ਖਿਆਲ ਬਹੁਤ ਪੁਰਾਣੀ ਗੱਲ ਆ 50 ਸਾਲੇ ਪੁਰਾਣੀ ਹੋਣੀ ਮੈਨੂੰ ਮੈਂ ਦਿਆਂ ਮੈਂ ਤਾਂ ਉਦੋਂ ਛੋਟਾ ਜਿਹਾ ਸੀਗਾ ਜੀ ਅੱਛਾ ਜੀ ਤੇ ਪਰਸਨੈਲਿਟੀ ਬੜੀ ਸੀਗੀ ਬੜਾ ਰੋਬ ਟੋਪ ਸੀ ਐਨ ਦੇਖੋ ਜੀ ਪੂਰੀ ਹਾਂ ਪਜਾਮੀ ਪਾਉਣੀ ਨਾਲ ਤੇ ਨਾਲ ਪੂਰੀ ਪੱਗ ਹੈ ਤੇ ਦੂਜਾ ਤੁਸੀਂ ਕਰਦੇ ਅੱਜ ਸਰਾਬੇ ਦੀ ਗੱਲ ਜੀ ਹਾਂ ਜੀ ਹਾਂ ਜੀ ਤੇ ਉਹ ਡੇਕ ਤਾਂ ਤੁਸੀਂ ਦੇਖੀ ਹੈ ਬਹੁਤ ਵਾਰੀ ਹੁਣ ਤਾਂ ਤੁਹਾਡੀ ਬਿਲਕੁਲ ਕੋਲ ਹੀ ਰਹਿੰਦੇ ਉਹਦੇ ਹਾਂ ਜੀ ਹਾਂ ਜੀ ਜਾਂਦੇ ਰਹੀਦਾ ਜੀ ਉੱਥੇ ਹੁਣ ਪਿੱਛੇ ਲਾਈਵ ਕੀਤੇ ਸੀ ਦੋ ਹਾਂ ਜੀ ਹਾਂ ਜੀ ਉਹ ਪ੍ਰਿੰਟਿੰਗ ਪ੍ਰੈਸ ਦੀ ਸਾਰੀ ਉੱਥੇ ਸਾਰਾ ਕੁਝ ਪਿਆ ਚਲੋ ਹਾਂ ਜੀ ਹਾਂ ਜੀ ਹੁਣ ਤਾਂ ਉਧਰੋਂ ਵੀ ਚੱਕ ਲਿਆਂਦੇ ਜਿਹੜਾ ਸਨ ਫਰਾਂਸਿਸਕੋ ਦਾ ਉੱਥੋਂ ਮਸ਼ੀਨ ਫੋਨ ਚੱਕ ਲਿਆਂਦੀ ਹੈ ਜਿਹੜਾ ਹਾਂ ਜੀ ਹਾਂ ਜੀ ਗਦਰ ਹਾਲ ਸੀ ਉੱਥੇ ਹਾਂ ਜੀ ਜੀ ਤੇ ਉਹਦੇ ਬਾਰੇ ਇੱਕ ਸਟੋਰੀ ਚਾਰ ਲਾਈਨਾਂ ਸੁਣਾ ਦਈਏ ਜੀ 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 ਜੋ ਦੇਸ਼ ਆਜ਼ਾਦ ਕਰਾਉਣ ਲਈ ਤੂੰ ਦਿੱਤੀ ਕੁਰਬਾਨੀ ਉਸ ਦੇਸ਼ ਦੀ ਫਿਰ ਤੋਂ ਕਰਤਾਰ ਸਿਆਂ ਉਲਝੀ ਪਈ ਆ ਤਾਣੀ ਸਰਾਬਿਆ ਉਲਝੀ ਪਈ ਆ ਤਾਣੀ ਹਰ ਪਾਸੇ ਵਿਰ ਜੁਗਾਰ ਦੀ ਹੈ ਭੀੜ ਸੂਰਿਆ ਵੇ ਨਸ਼ਿਆਂ ਨੇ ਦੌੜੀ ਗੱਭਰੂਆਂ ਦੀ ਰੀੜ ਸੂਰਿਆ ਵੇ ਮਾਪੇ ਚੱਲਣ ਮਰਦੇ ਪੁੱਤਾਂ ਦੀ ਪੀੜ ਸੂਰਿਆ ਵੇ ਪੈਸੇ ਵਿਆਹ ਦੀ ਅੱਗ ਸੇਕੇ ਪੁੱਤ ਤੋਰ ਕੇ ਮਾਨ ਮਾਣੀ ਅੱਜ ਦੇਸ਼ ਤੇਰੇ ਦੀ ਕਰਤਾਰ ਸਿਆਂ ਉਲਝੀ ਪਈ ਆ ਤਾਣੀ ਸਰਾਬਿਆ ਉਲਝੀ ਪਈ ਆ ਤਾਣੀ ਅੰਨ ਦੇ ਭੰਡਾਰੇ ਭਰਤੇ ਕਰ ਮਿਹਨਤ ਕਰ ਸਨ ਹੱਕ ਲੈਣ ਲਈ ਕਈ ਵਾਰ ਗਏ ਬਹੁ ਮੁੱਲੀਆਂ ਜਾਨਾਂ ਨੇ ਫਸਲਾਂ ਦੇ ਮੁੱਲ ਨਾ ਦਿੱਤੇ ਫਿਰ ਵੀ ਬੇਈਮਾਨਾਂ ਨੇ ਜਟਕਾ
ਕਰਜੇ ਥੱਲੇ ਦਬਤਾ ਇਨ੍ਹਾਂ ਸਿਆਸਤਦਾਨਾਂ ਨੇ ਰਾਹ ਖੁਦਕਸ਼ੀਆਂ ਦੇ ਪੈ ਗਈ ਡੁੱਬ ਕੇ ਕਰਜੇ ਵਿੱਚ ਕਰਸਾਨੀ ਤੇਰੇ ਦੇਸ਼ ਦੀ ਸ਼ਰਾਬਿਆ ਉਲਝੀ ਪਈ ਆ ਤਾਣੀ ਧੀਆਂ ਲਟਕਣ ਪੁੱਤਲ ਸ਼ਤਾਨ ਪੱਤ ਲੁਟਾ ਸ਼ਤਾਨਾਂ ਤੋਂ ਵਿੱਚ ਹਸਪਤਾਲ ਤੜਫਣ ਠੋਕਰ ਖਾ ਹੈਵਾਨਾਂ ਤੋਂ ਅੱਜ ਵਿੱਚ ਚਰਿੱਤਰ ਕੁੱਤੇ ਬਿਹਤਰ ਨੇ ਇਨਸਾਨਾਂ ਤੋਂ ਨੇਤਾ ਜੀ ਹੁੱਬ ਕੇ ਆਖਣ ਹੋ ਜਾਏ ਗਲਤੀ ਜਵਾਨਾਂ ਤੋਂ ਜੰਮਣ ਤੋਂ ਪਹਿਲਾਂ ਮਾਰੇ ਪਿਓ ਆਪਣੀ ਧੀ ਧਿਆਣੀ ਸਿਰੇ ਦੇਸ਼ ਦੀ ਕਰਤਾਰ ਸਿਆਂ ਉਲਝੀ ਪਈ ਆ ਤਾਣੀ ਸ਼ਰਾਬਿਆ ਉਲਝੀ ਪਈ ਆ ਤਾਣੀ ਅੱਜ ਭ੍ਰਿਸ਼ਟਾਚਾਰ ਧੰਨਵਾਦ ਮਾੜਾ ਹਾਂ ਚਲੋ ਬਹੁਤ ਮਿਹਰਬਾਨੀ ਜੀ ਸਮਾਂ ਆਪਾਂ ਕਾਫੀ ਮੈਂ ਕਰਨਾ ਹੋਰ ਹੋਲਡ ਕਰ ਦਵਾਂ ਨਾਲ ਬ੍ਰੇਕ ਦਾ ਵੀ ਜਿਹੜਾ ਸਮਾਂ ਹੋਇਆ ਹੋਇਆ ਅਤੇ ਚਲੋ ਕਾਲ ਇੱਕ ਅੱਧੀ ਲੈ ਕੇ ਫਿਰ ਬ੍ਰੇਕ ਵਾਲੇ ਪਾਸੇ ਚੱਲਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਆਉਂਦੇ ਰਹੋ ਜੀ ਤੁਸੀਂ ਹੈਲੋ ਹਾਂਜੀ ਜੱਗੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੌਣ ਜਸਪਾਲ ਸਿੰਘ ਭਾਟੀਆ ਬੋਲਦਾ ਮੈਂ ਜੀ ਜੀ ਭਾਟੀਆ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਤੇ ਬਸ ਠੀਕ ਹੈ ਜੀ ਤੁਸੀਂ ਅੱਜ ਮਸਤਾਨਾ ਜੀ ਦੀ ਪੋਤੀ ਨੂੰ ਲੈ ਕੇ ਆਏ ਬੜਾ ਅੱਛਾ ਲੱਗਿਆ ਹਾਂਜੀ ਬਹੁਤ ਮੈਨੂੰ ਬੜਾ ਬਹੁਤ ਵਧੀਆ ਲੱਗਿਆ ਮੇਰੇ ਮੈਂ ਜੀ ਇੱਕ ਵਾਰੀ ਇਹਨਾਂ ਦੇ ਨਾਲ ਸਟੇਜ ਤੇ ਸਾਂਝ ਕੀਤੀ ਸੀ ਇਹਨਾਂ ਦੀ ਸਟੇਜ ਤੇ ਮੈਨੂੰ ਨਾ ਪਟਿਆਲੇ 40-45 ਸਾਲ ਪਹਿਲਾਂ ਦੀ ਗੱਲ ਆ ਬਈ ਇਹਨਾਂ ਨੇ ਮੇਰੇ ਕੋਲ ਮੇਰੀ ਸਿਸਟਰ ਸੀ ਗੁਰਚਰਨ ਕੌਰ ਭਾਟੀਆ ਤੇ ਮੈਂ ਇਹ ਮੇਰੀ ਸਿਸਟਰ ਨੂੰ ਨਾਲ ਲੈ ਕੇ ਤੇ ਗਏ ਸੀ ਕੈਨੇਡਾ ਗਰੁੱਪ ਸਾਰਾ ਸੀ ਆਸਾ ਸਿੰਘ ਮਸਤਾਨਾ ਸੁਰਿੰਦਰ ਕੌਰ ਮੈਂ ਇਹਨਾਂ ਨਾਲ ਦੋ ਚਾਰ ਵਾਰੀ ਮਿਲਿਆ ਇਹਨਾਂ ਨੂੰ ਤੇ ਫਿਰ ਇਹ ਪਟਿਆਲੇ ਆਏ ਸੀ ਤਾਂ ਮੈਨੂੰ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਸੀ ਤਾਂ ਫਿਰ ਕਿਲ੍ਹਾ ਮੁਬਾਰਕ ਦੇ ਚ ਪਟਿਆਲੇ ਚ ਮੈਂ ਤੇ ਮੇਰੀ ਸਿਸਟਰ ਨੂੰ ਇਹਨਾਂ ਨੇ ਆਪਣੀ ਸਟੇਜ ਤੇ ਬੁਲਵਾਇਆ ਸੀ ਕਹਿੰਦਾ ਮੈਂ ਤੁਹਾਨੂੰ ਜ਼ਰੂਰ ਦੇਖੋ ਜੀ ਕਿਸਾਨ ਹਾਂਜੀ ਹਾਂਜੀ ਮੈਂ ਨੈਕਸਟ ਜਿਹੜਾ ਹੈਗਾ ਮੈਂ ਤੁਹਾਡਾ ਇਹਨਾਂ ਦਾ ਗੀਤ ਹੀ ਸੁਣਾਵਾਂਗਾ ਇੱਕ ਵਾਰੀ ਹਾਂਜੀ ਬੜਾ ਵਧੀਆ ਲੱਗਿਆ ਮੈਨੂੰ ਸਮਝੋ ਕਿ ਨਹੀਂ ਮੈਂ ਇਹਨਾਂ ਨੂੰ ਬਹੁਤ ਚਾਹੁੰਦਾ ਸੀ ਤੋ ਮੇਰੇ ਨਾਲ ਕਈ ਵਾਰੀ ਬੈਠ ਕੇ ਪਾਲਟੀ ਪੁਲਟੀ ਕੀਤੀ ਹੈ ਬੈਠ ਕੇ ਬੜੀ ਪੁਰਾਣੀ ਗੱਲ ਹੈ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਗਏ ਸੀ ਜੀ ਸਭ ਤੋਂ ਪਹਿਲਾਂ ਮੇਰੀ ਸਿਸਟਰ ਨਾਲ ਗਈ ਸੀ ਤੇ ਗੁਰਚਰਨ ਕੌਰ ਭਾਟੀਆ ਜ਼ਰੂਰ ਜੀ ਤੁਸੀਂ ਲਵਾ ਕਰੋ ਹਾਜ਼ਰੀ ਵਧੀਆ ਲੱਗਦਾ ਹਾਂਜੀ ਹਾਂਜੀ ਮੈਂ ਤੁਹਾਨੂੰ ਵੈਸੇ ਤਾਂ ਲਵਾ ਦੇਣਾ ਤੁਹਾਡੇ ਨਾਲ ਹਾਜ਼ਰੀ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਥੋੜ੍ਹਾ ਸਮਾਂ ਹੈਗਾ ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜਾਣਦੇ ਤੁਹਾਡੇ ਵਿਚਾਰ ਕੀ ਨੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਆਪਣੇ ਕਰਤਾਰ ਸਿੰਘ ਸਰਾਭਿਆ ਦਾ ਵੀ ਜਨਮ ਦਿਨ ਮਨਾਇਆ ਜਾ ਰਿਹਾ ਤੇ ਕਵਿਤਾ ਬੋਲਣੀ ਆ ਛੋਟੀ ਜੀ ਬੋਲੋ ਜੀ ਅੱਜ ਸਮਾਂ ਥੋੜਾ ਬਾਕੀ ਲੰਬੀ ਆਪਾਂ ਫੇਰ ਰੱਖ ਲਾਂਗੇ ਠੀਕ ਆ ਮੈਂ ਚਲੋ ਛੋਟੀ ਬੋਲ ਦਿੰਦਾ ਜੀ ਜੀ ਦੇਸ਼ ਆਪਣੇ ਵਿੱਚ ਆਇਆ ਤੂਫਾਨ ਬਣ ਕੇ ਵਕਤ ਅੰਗਰੇਜ਼ ਸਰਕਾਰ ਨੂੰ ਪਾ ਦਿੱਤਾ ਜਗ੍ਹਾ ਜਗ੍ਹਾ ਤੇ ਜਾ ਕੇ ਸੀ ਸੂਰਮੇ ਨੇ ਇਨਕਲਾਬ ਦਾ ਵਿਗਲ ਦਿੱਤਾ ਬੇਈਮਾਨ ਸਰਕਾਰ ਫਰੰਗੀਆਂ ਦੀ ਫੜ ਕੇ ਜੋਧੇ ਨੂੰ ਕੈਦ ਵਿੱਚ ਪਾ ਦਿੱਤਾ ਗਦਰ ਕਰਨ ਦਾ ਦੋਸ਼ ਲਾ ਅੰਗਰੇਜ਼ਾਂ ਫਾਂਸੀ ਸ਼ੇਰ ਪੰਜਾਬ ਦਿੱਤਾ ਫਾਂਸੀ ਸ਼ੇਰ ਪੰਜਾਬ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਢੀਂਡਸਰ ਸਾਹਿਬ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ ਆਪਣਾ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਅੱਜ ਤੁਸੀਂ ਤਿੰਨ ਹਸਤੀਆਂ ਨੂੰ ਯਾਦ ਕੀਤਾ ਸ਼ਿਵ ਕੁਮਾਰ ਬਟਾਲਵੀ ਆਪਣੇ ਸਰਦਾਰ ਆਸਾ ਸਿੰਘ ਮਸਤਾਨਾ ਤੇ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਤਿੰਨੋਂ ਹੀ ਆਪਣੇ ਆਪਣੇ ਕੰਮਾਂ ਦੇ ਵਿੱਚ ਬੜੇ ਮਹਾਨ ਹੋਏ ਜੀ ਅੱਛਾ ਤੇ ਮੈਂ ਗੱਲ ਕਰਨੀ ਚਾਹੁੰਦਾ ਜਿਸ ਦਿਨ ਇਹ ਸਰਦਾਰ ਆਸਾ ਸਿੰਘ ਮਸਤਾਨਾ ਉਹਨਾਂ ਦੀ ਮਿਲਿਆ ਉਹਨਾਂ ਨੂੰ ਇੰਡੀਆ 'ਚ ਵੀ ਸਾਡੇ ਕਾਲਜ ਆਉਂਦੇ ਸੀ ਲੁਧਿਆਣੇ ਤੇ ਇੱਥੇ ਕੈਨੇਡਾ ਵੀ ਸ਼ੋਅ ਕਰਨ ਆਉਂਦੇ ਸੀ ਸੁਰਿੰਦਰ ਕੌਰ ਨਾਲ ਵੀ ਆਏ ਸ਼ੋਅ ਦੇਖੇ ਬਿਲਕੁਲ ਹਾਂਜੀ ਇਕਬਾਲ ਇਕਬਾਲ ਮਾਲ ਸਾਹਿਬ ਲੈ ਕੇ ਆਉਂਦੇ ਰਹੇ ਇਹਨਾਂ ਨੂੰ ਹਾਂਜੀ ਹਾਂਜੀ ਤੇ ਉਹ ਜਦੋਂ ਫਿਰ ਇਹਨਾਂ ਦੀ ਡੈਥ ਹੋਈ 1999 ਦੇ ਵਿੱਚ ਉਦੋਂ ਹਜ਼ਾਰਾ ਸਿੰਘ ਰਮਤਾ ਦਾ ਰਿਟਾਇਰ ਹੋ ਗਏ ਸੀ ਪਰ ਮੇਰੀ ਕਦੇ ਕਦੇ ਮੈਂ ਮਿਲਦਾ ਵੀ ਹੁੰਦਾ ਸੀ ਤੇ ਕਦੇ ਕਈ ਵਾਰੀ ਉਹਨਾਂ ਦਾ ਫੋਨ ਵੀ ਆਉਂਦਾ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਧੀਰ ਜੀ ਅੱਜ ਬੜੀ
ਤੁਸੀਂ ਖਬਰ ਆ, ਕਿਉਂਕਿ ਮੈਨੂੰ ਵੀ ਸੰਗੀਤ ਦਾ ਸ਼ੌਂਕ, ਮੈਂ ਇਹਨਾਂ ਦੇ ਇਹਨਾਂ ਕਲਾਕਾਰਾਂ ਦੀ ਬੜੀ ਇੱਜ਼ਤ ਕਰਦਾ। ਮੈਂ ਕਿਹਾ ਰਮਤਾ ਜੀ ਦੱਸੋ ਕੀ ਗੱਲ ਕਿਹੜੀ, ਅੱਜ ਕਹਿੰਦੇ ਵੀ ਹਜ਼ਾਰਾ ਸਿੰਘ ਰਮਤਾ ਨਾ ਸੋਰੀ ਸਰਦਾਰ ਆਸਾ ਸਿੰਘ ਮਸਤਾਨਾ ਦੁਨੀਆ 'ਚ ਨਹੀਂ ਰਹੇ। ਮੈਂ ਕਿਹਾ ਇਹ ਤਾਂ ਬਹੁਤ ਬੁਰੀ ਖਬਰ ਹੈ, ਏਡਾ ਵੱਡਾ ਸਾਡਾ ਮਹਾਨ ਕਲਾਕਾਰ ਚਲਿਆ ਗਿਆ। ਦੇਖੋ ਜਿਹੜੇ ਇਹ ਜਿੰਨੇ ਵੀ ਉੱਧਰੋਂ ਪਾਕਿਸਤਾਨ ਤੋਂ ਲੋਕ ਆਏ ਸੀ ਨਾ ਪੰਜਾਬੀ, ਇਹ ਜ਼ਿਆਦਾਤਰ ਦਿੱਲੀ ਦੇ ਵਿਚ ਆ ਕੇ ਲੋਕ ਵੱਸ ਗਏ, ਜਿਨ੍ਹਾਂ ਵਿੱਚ ਲਿਖਾਰੀ ਵੀ ਹੋਏ, ਕਵੀ ਵੀ ਹੋਏ ਤੇ ਆਪਣੇ ਗਾਇਕ ਕਲਾਕਾਰ ਵੀ ਹੋਏ, ਇੰਦਰਜੀਤ ਸਿੰਘ ਤੁਲਸੀ, ਈਸ਼ਰ ਸਿੰਘ ਭਾਈਆ, ਹਜ਼ਾਰਾ ਸਿੰਘ ਰਮਤਾ, ਇਹ ਵੀ 20 ਸਾਲ ਉੱਥੇ ਰਹੇ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ ਤੇ ਲਿਖਾਰੀ ਵੀ ਬਹੁਤ ਉੱਥੇ ਦਿੱਲੀ ਦੇ ਵਿੱਚ ਰਹੇ, ਬਹੁਤ ਅਮ੍ਰਿਤਾ ਪ੍ਰੀਤਮ ਉਹ ਵੀ ਉੱਥੇ ਦਿੱਲੀ ਦੇ ਵਿੱਚ, ਖੁਸ਼ਵੰਤ ਸਿੰਘ ਰਾਈਟਰ, ਹਾਂਜੀ ਖੁਸ਼ਵੰਤ ਸਿੰਘ ਵੀ ਦਿੱਲੀ। ਹਾਂਜੀ ਮੈਂ ਗੱਲ ਕਰਨੀ ਚਾਹੁੰਦਾ ਸਰ ਕਰਤਾਰ ਸਿੰਘ ਸਰਾਭੇ ਬਾਰੇ, ਸਿਰਫ ਇਹੀ ਦੱਸਣਾ ਚਾਹੁੰਦਾ ਵੀ ਉਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਬਦਨ ਸਿੰਘ ਸੀ, 1896 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਦੀ ਮਾਤਾ ਦਾ ਨਾਂ ਆਪਣੇ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਮਾਤਾ ਦਾ ਨਾਂ ਸਾਹਿਬ ਕੌਰ ਸੀ ਤੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ। ਇਹ ਮਾਤਾ ਪਿਤਾ ਦਾ ਇਹਨਾਂ ਦੇ ਛੋਟੀ ਉਮਰ ਦੇ ਵਿੱਚ ਹੀ ਚਲੇ ਗਿਆ ਸੀ, ਇਹ ਇਕਲੌਤੇ ਸੀ ਆਪਣੇ ਮਾਤਾ ਪਿਤਾ ਦੇ, ਕਿਉਂਕਿ ਛੋਟੀ ਉਮਰ 'ਚ ਚਲੇ ਗਿਆ, ਉਹਨਾਂ ਦੇ ਹੋਰ ਫਿਰ ਕੋਈ ਬੱਚਾ ਨਾ ਹੋਇਆ, ਉਹਨਾਂ ਦੀ ਆਪ ਡੈਥ ਹੋ ਗਈ ਮਾਤਾ ਪਿਤਾ ਦੀ, ਤੇ ਸਰਦਾਰ ਬਦਲ ਸਿੰਘ ਜਿਹੜੇ ਫੌਜ ਵਿੱਚ ਸੀ ਉਹਨਾਂ ਨੇ ਇਹਨਾਂ ਨੂੰ ਪਾਲਿਆ ਸੀ। ਹਾਂਜੀ ਮੈਂ ਇਹੀ ਗੱਲ ਕਰਨਾ ਚਾਹੁੰਦਾ, ਬਹੁਤ ਮਿਹਰਬਾਨੀ, ਕੱਲ ਨੂੰ ਸ਼ਾਇਦ ਪਰਸੋਂ ਕਰੋ, ਓਕੇ ਜੀ, ਥੈਂਕ ਯੂ, ਕੱਲ ਨੂੰ ਕਰਾਂਗੇ ਜੀ, ਪਰਸੋਂ ਗੱਲ ਕਰਾਂਗੇ, ਕੱਲ ਵੀ ਕਰਾਂਗੇ। ਸੋ ਉਮੀਦ ਕਰਦਾ ਜੀ ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ, ਬਹੁਤ ਵਧੀਆ ਯਾਦ ਕੀਤਾ, ਅਸੀਂ ਸਾਡੇ ਯੋਧਿਆਂ ਨੂੰ ਵੀ ਯਾਦ ਕੀਤਾ, ਸਾਡੇ ਸੰਗੀਤ ਦੇ ਯੋਧਿਆਂ ਨੂੰ ਵੀ ਅਸੀਂ ਯਾਦ ਕੀਤਾ। ਅਤੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ, ਕੋਈ ਈਮੇਲ ਜਾਂ ਐਡ ਵਗੈਰਾ ਕੋਈ ਦੇਣੀ ਚਾਹੁੰਦੇ ਹੋ, ਕੋਈ ਪ੍ਰੋਗਰਾਮ ਕਰਾਉਣਾ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com, ਇਹਨਾਂ 'ਤੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਫਿਰ ਸਾਡਾ ਵਟਸਐਪ ਦਾ ਨੰਬਰ ਹੈਗਾ 7187884900, ਇਹ 'ਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਅਤੇ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਜਦੋਂ ਮਰਜ਼ੀ ਕਾਲ ਕਰ ਸਕਦੇ ਹੋ, ਮੈਂ ਫੋਨ ਕਦੇ ਬੰਦ ਨਹੀਂ ਕਰਦਾ ਪੈਣ ਲੱਗਾ ਵੀ, ਅਤੇ ਉਹ ਜਿਹੜੀ ਕੋਈ ਕਾਲ ਕੋਈ ਹੁੰਦੀ ਵੀ ਹਨੇਰੇ ਸਵੇਰੇ, ਤਾਂ ਮੈਂ ਸਵੇਰੇ ਉੱਠ ਕੇ ਇਹ ਜ਼ਰੂਰ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ। ਕਈ ਵਾਰ ਤਾਂ ਪਤਾ ਲੱਗਦਾ ਕੰਪਨੀਆਂ ਦੇ ਫੋਨ ਹੁੰਦੇ, ਉਹਨਾਂ ਨੂੰ ਵੀ ਫੋਨ ਕਰਨਾ ਹੀ, ਉਹ ਕਹਿੰਦੇ ਅੱਛਾ ਅੱਛਾ ਤੁਸੀਂ ਫੋਨ ਕਰ ਰਹੇ, ਆਹ ਦੱਸੋ ਜੀ ਅਸੀਂ ਤਾਂ ਆਹ ਤੁਹਾਨੂੰ ਦੇਣੀ ਸੀ ਸਕੀਮ, ਫਿਰ ਨਾਲ ਨਾਲ ਕੱਟਣਾ ਪੈਂਦਾ। ਮਤਲਬ ਕਹਿਣ ਦਾ ਮੇਰੀ ਕੋਸ਼ਿਸ਼ ਪੂਰੀ ਹੁੰਦੀ ਹੈ ਵੀ ਮੈਂ ਕਾਲ ਬੈਕ ਵਾਪਸ ਕਰਾਂ, ਜੇ ਨਾ ਵੀ ਕਿਤੇ ਹੋਵੇ ਗਲਤੀ ਨਾਲ ਤਾਂ ਜ਼ਰੂਰ ਤੁਸੀਂ ਵਾਪਸ ਦੁਬਾਰਾ ਕਾਲ ਕਰ ਲਿਆ ਕਰੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।